ਤੁਸੀਂ ਮੰਨਦੇ ਹੋ ਕਿ ਜਿਹੜਾ ਸ਼ਹੀਦ ਭਗਤ ਸਿੰਘ ਸੀ ਜਿਹਨੇ ਛੋਟੀ ਉਮਰ ਦੇ ਵਿੱਚ ਸੀ ਆਪਣੇ ਚਾਚਾ ਜੀ ਤੋਂ ਕਦੋਂ ਪ੍ਰਭਾਵਿਤ ਹੋਇਆ ਕਿ ਮੈਂ ਵੀ ਇਸ ਲਹਿਰ ਵਿੱਚ ਆਉਣਾ ਮੈਂ ਵੀ ਆਜ਼ਾਦੀ ਲਹਿਰ ਵਿੱਚ ਜਦੋਂ ਸਰਦਾਰ ਅਜੀਤ ਸਿੰਘ ਨੂੰ ਅੰਡੇਮਾਨ ਰਿਹਾ ਹੋ ਕੇ ਆਏ ਤਾਂ ਉਧਰ ਭਗਤ ਸਿੰਘ ਦਾ ਜਨਮ ਦਿਨ ਸੀ ਉਸ ਦਿਨ ਉਹ ਕਹਿੰਦੇ ਵੀ ਭਗਤ ਸਿੰਘ ਭਾਗਾਂ ਵਾਲਾ ਆ ਕਿਉਂਕਿ ਸਰਦਾਰ ਅਜੀਤ ਸਿੰਘ ਛੁੱਟੇ ਆ ਜਿੱਦਣ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਤੇ ਚਾਚਾ ਜੀ ਸਿੰਘ ਰਿਹਾ ਹੋਏ ਰਿਹਾ ਹੋ ਕੇ ਆਏ ਸੀ ਭਾਗਾਂ ਵਾਲਾ ਕਰਕੇ ਇਹਨਾਂ ਦਾ ਭਗਤ ਸਿੰਘ ਰੱਖਿਆ ਗਿਆ ਨੋਏ ਉਹਨਾਂ ਦਾ ਭਾਗਾਂ ਵਾਲਾ ਰੱਖਿਆ ਭਾਗਾਂ ਵਾਲਾ ਰੱਖਿਆ ਉਸ ਤੋਂ ਬਾਅਦ ਭਗਤ ਸਿੰਘ ਦਾ ਨਾਮ ਜਦੋਂ ਜੇਲਿਆਂ ਵਾਲੇ ਬਾਗ ਵਿੱਚ ਗੋਲੀ ਚੱਲੀ ਆ ਨਾ ਭਗਤ ਸਿੰਘ 12 ਸਾਲ ਦੀ ਉਮਰ ਦਾ ਸੀ ਜੇਲਿਆਂ ਵਾਲੇ ਬਾਗ ਆ ਗਿਆ ਆ ਕੇ ਤਾਂ ਜਦੋਂ ਉਹਨੂੰ ਪਤਾ ਲੱਗਾ ਵੀ ਬਹੁਤ ਬੰਦੇ ਮਰ ਗਏ ਉੱਥੋਂ ਲਹੂ ਇਕੱਠਾ ਕਰਕੇ ਨਾ ਇੱਕ ਸ਼ੀਸ਼ੀ 'ਚ ਪਾ ਲਿਆ ਉੱਥੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਭਗਤ ਸਿੰਘ ਸ਼ਹੀਦ ਭਗਤ ਸਿੰਘ ਬਾਰੇ ਅਕਸਰ ਆਉਂਦਾ ਕਿ ਉਹ ਖੇਤ ਦੇ ਵਿੱਚ ਜਿੱਦਾਂ ਖੇਤੀ ਕਰਦੇ ਆ ਖੇਤੀ ਕਰਦੇ ਸੀ ਦਬੂਕਾਂ ਬੀਜਦੇ ਹੁੰਦੇ ਸੀਗੇ ਤਾਂ ਕਹਿੰਦੇ ਸੀ ਉਹਦੇ ਫਾਦਰ ਸਾਹਿਬ ਨੇ ਪੁੱਛਿਆ ਕੀ ਬੀਜ ਰਿਹਾ ਕਹਿੰਦੇ ਮੈਂ ਬੰਦੂਕਾਂ ਬੀਜ ਰਿਹਾ ਹਾਂ ਮੈਂ ਗੋਰਿਆਂ ਨੂੰ ਮਾਰਨਾ ਇਹ ਕਹਾਣੀ ਕੀ ਹੈ ਇਹਨਾਂ ਦੀ ਇਹ ਜੀ ਭਗਤ ਸਿੰਘ ਬਹੁਤ ਛੋਟਾ ਜਿਹਾ 2.5 ਸਾਲ ਦਾ ਸੀ ਜੀ ਕੋਈ ਆਇਆ ਸੀਗੇ ਨਾ ਇਹਨਾਂ ਕੋਲ ਭਗਤ ਸਿੰਘ ਦੇ ਬਾਪ ਦੇ ਕੋਲ ਤਾਂ ਉਹ ਇੱਦਾਂ ਮਿੱਟੀ ਦੇ ਵਿੱਚ ਇੱਦਾਂ ਢੇਰੀਆਂ ਬਣਾ ਬਣਾ ਕੇ ਟੱਕੇ ਕੱਢੀ ਜਾਂਦਾ ਤਾਂ ਉਹ ਕਹਿੰਦੇ ਤੂੰ ਇਹ ਕੀ ਕਰਦਾ ਕਹਿੰਦਾ ਮੈਂ ਬੰਦੂਕਾਂ ਬੀਜਦਾ ਗੋਰਿਆਂ ਨੂੰ ਕੱਢ ਕੇ ਆਪਣੇ ਚਾਚਾ ਜੀ ਅਜੀਤ ਸਿੰਘ ਨੂੰ ਇੱਧਰ ਮੰਗਾਉਂਦਾ ਸਰਦਾਰ ਅਜੀਤ ਸਿੰਘ ਹਿਟਲਰ ਕੋਲ ਗਏ ਅਤੇ ਕੀ ਉਸ ਵੇਲੇ ਦੀ ਜਿਹੜੀ ਉਹ ਸੀਗਾ ਵੀ ਹਿਟਲਰ ਨਾਲ ਕੀ ਗੱਲਬਾਤ ਹੋਈ ਇਹਨਾਂ ਦੀ ਸਰਦਾਰ ਅਜੀਤ ਸਿੰਘ ਹਿਟਲਰ ਦੇ ਕੋਲ ਗਏ ਹਿਟਲਰ ਦੇ ਨਾਲ ਸਲਾਹਕਾਰ ਵੀ ਬਣ ਕੇ ਰਹੇ ਕਾਫੀ ਨੇੜਤਾ ਸੀ ਹਿਟਲਰ ਦੇ ਨਾਲ ਸਰਦਾਰ ਅਜੀਤ ਸਿੰਘ ਹਿਟਲਰ ਨੂੰ ਇਹ ਕਹਿੰਦਾ ਵੀ ਮੈਨੂੰ ਅਸਲਾ ਦੇ ਮੈਂ ਅੰਗਰੇਜ਼ ਕੱਢਣੇ ਆ ਮੈਨੂੰ ਅਸਲਾ ਦੇ ਕਈ ਲੋਕ ਕਹਿੰਦੇ ਹੁੰਦੇ ਸੀ ਭਗਤ ਸਿੰਘ ਨਾਸਤਿਕ ਹੈ ਭਗਤ ਸਿੰਘ ਰੱਬ ਨੂੰ ਨਹੀਂ ਮੰਨਦਾ ਭਗਤ ਸਿੰਘ ਸਰਦਾਰ ਨਹੀਂ ਹੈਗਾ ਕਿੱਦਾਂ ਦੀ ਕਈ ਵਾਰੀ ਇੱਦਾਂ ਦੀਆਂ ਫੋਟੋਆਂ ਨੂੰ ਲੈ ਕੇ ਵੀ ਇਹ ਜੇ ਪਗੜੀ ਨਹੀਂ ਹੈਗੀ ਭਗਤ ਸਿੰਘ ਜਿਹੜਾ ਸੀਗਾ ਨਾ ਨਾਸਤਿਕ ਤਾਂ ਬਣਿਆ ਤਾਂ ਜਦੋਂ ਉਹਨੇ ਦੇਖਿਆ ਨਾ ਵੀ ਆਹ ਜਿਹੜੇ ਗਰੀਬ ਲੋਕ ਇੰਨੇ ਆ ਕਾਢੇ ਕੀੜੀਆਂ ਵਾਂਗਰ ਮਸਲਦੇ ਆ ਉਦੋਂ ਨਾਸਤਿਕ ਬਣਿਆ ਉਹ ਕਹਿੰਦਾ ਜੇ ਰੱਬ ਹੋਵੇ ਇਹਨਾਂ ਲੋਕਾਂ ਨੂੰ ਕਾਹਤੇ ਨਾ ਉੱਤੇ ਚੱਕੇ ਬਿਲਕੁਲ ਗੱਡੀ ਦੇ ਵਿੱਚ ਇਲੈਕਸ਼ਨ ਲੜਿਆ ਨਹੀਂ MLA ਬਣ ਗਿਆ ਆਜ਼ਾਦੀ ਤੋਂ ਪਹਿਲਾਂ ਅੱਛਾ ਮਤਲਬ ਸਰਦਾਰ ਭਗਤ ਸਿੰਘ ਦੇ ਪਿਤਾ MLA ਰਹੇ MLA ਵੀ ਰਹੇ ਆ ਆਜ਼ਾਦੀ ਤੋਂ ਪਹਿਲਾਂ ਓਕੇ ਗੋਰਿਆਂ ਦੇ ਟਾਈਮ ਦੇ ਹਾਂ ਕਿਹੜੀ ਪਾਰਟੀ ਵੱਲੋਂ ਰਹੇ ਆ ਕੁਝ ਪਤਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਅੱਛਾ ਜੀ ਸਰਦਾਰ ਕਿਸ਼ਨ ਸਿੰਘ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਸੀ ਤੇ ਉਹਨਾਂ ਨੇ ਜਿਹੜੀ ਆ ਇਲੈਕਸ਼ਨ ਵੀ ਲੜੀ ਔਰ ਜਿੱਤੇ ਵੀ ਜਲੰਧਰ ਤੋਂ ਹਾਂਜੀ ਜਲੰਧਰ ਕਿਉਂਕਿ ਸਾਡਾ ਜ਼ਿਲ੍ਹਾ ਉਸ ਵੇਲੇ ਜਲੰਧਰ ਹੀ ਸੀਗਾ ਹਾਂਜੀ ਹਾਂਜੀ 23.5 ਸਾਲ ਦੀ ਉਮਰ ਜਿਹੜੀ ਸੀ ਸ਼ਹੀਦ ਭਗਤ ਸਿੰਘ ਦਾ ਜੀ 3 ਮਾਰਚ 1931 ਨੂੰ ਹਾਂਜੀ ਹਾਂਜੀ ਜਿਨ੍ਹਾਂ ਨੂੰ ਗੋਰਿਆਂ ਨੇ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਆ ਉਸ ਵੇਲੇ ਜਿਹੜੇ ਤੁਸੀਂ ਉਹ ਸੀ ਜਾਂ ਉਸ ਸਮੇਂ ਦਾ ਜਿਹੜਾ ਕਿੱਦਾਂ ਦਾ ਸੀ ਜਦੋਂ ਮਾਤਾ ਨੂੰ ਇੱਥੇ ਪਿੰਡ ਵਿੱਚ ਜਾਂ ਪਤਾ ਲੱਗਾ ਜਾਂ ਹੋਰ ਪਤਾ ਲੱਗਾ ਤੈਨੂੰ ਲਾਹੌਰ ਦੇ ਵਿੱਚ ਜਦੋਂ ਭਗਤ ਸਿੰਘ ਨੂੰ ਫਾਂਸੀ ਹੋਣ ਲੱਗੀ ਨਾ ਲੋਕ ਜੇਲ੍ਹ ਦੇ ਮੂਹਰੇ ਇਕੱਠੇ ਹੋਣ ਲੱਗ ਪਏ ਗੋਰਿਆਂ ਨੂੰ ਪਤਾ ਲੱਗ ਗਿਆ ਵੀ ਜਨਤਾ ਬਹੁਤ ਇਕੱਠੀ ਹੋ ਗਈ ਆ ਕਿਤੇ ਜੇਲ੍ਹ 'ਤੇ ਹਮਲਾ ਕਰਕੇ ਛਡਾ ਨਾ ਲੈ ਅਗਰ ਮਹਾਤਮਾ ਗਾਂਧੀ ਕਹਿ ਦਿੰਦਾ ਵੀ ਇਹਨਾਂ ਮੁੰਡਿਆਂ ਨੂੰ ਛੱਡ ਦਿਓ ਉਹ ਨਹੀਂ ਛੱਡ ਦੇਣੇ ਪਰ ਮਹਾਤਮਾ ਗਾਂਧੀ ਨੇ ਚੁੱਪ ਧਾਰ ਲਈ ਉਹ ਬੋਲੇ ਨਹੀਂ ਤਾਂ ਉਹ ਇੰਨੀ ਜਨਤਾ ਇਕੱਠੀ ਹੋ ਗਈ ਜੇਲ੍ਹ ਦੇ ਮੂਹਰੇ ਜਿਹੜੀ 24 ਤਰੀਕ ਨੂੰ ਫਾਂਸੀ ਦੇਣੀ ਸੀਗੀ ਨਾ 23 ਤਰੀਕ ਨੂੰ ਸ਼ਾਮ ਨੂੰ 7 ਵਜੇ ਫਾਂਸੀ ਲਾ ਦਿੱਤਾ ਅੱਧ ਜਲੀਆਂ ਲਾਸ਼ਾਂ ਦਰਿਆ ਵਿੱਚ ਬੀਬੀ ਅਮਰ ਕੌਰ ਕਹਿੰਦੀ ਭਗਤ ਸਿੰਘ ਨੇ ਸਵਾਹ ਚੜਾ ਲਿਆ ਤਾਂ ਜਿਹਨਾਂ ਨੇ ਵੱਡੇ ਟੁੱਕੇ ਨਾ ਉਹਨਾਂ ਨੇ ਬੀਬੀ ਅਮਰ ਕੌਰ ਨੂੰ ਦੱਸਿਆ ਵੀ ਜੀਂਦੇ ਸੀ ਬਾਕੀ ਦੋ ਤਾਂ ਮਰ ਗਏ ਸੀ ਰਾਜਗੁਰੂ ਸੁਖਦੇਵ ਭਗਤ ਸਿੰਘ ਜੀਂਦਾ ਸਾ ਜਦੋਂ ਸਵਾਸ ਉਹਨਾਂ ਨੇ ਉੱਪਰ ਚੜਾ ਲਿਆ ਤਾਂ ਜਦੋਂ ਉੱਥੇ ਗਏ ਨਾ ਦਾਗ ਦੇਣੇ ਸੀ ਉਦੋਂ ਭਗਤ ਸਿੰਘ ਹਿੱਲਣ ਹਿੱਲਿਆ ਇਹ ਬੀਬੀ ਅਮਰ ਕੌਰ ਦਾ ਕਹਿੰਦੇ ਉਹ ਜੀਂਦੇ ਸੀ ਫਿਰ ਉੱਥੋਂ ਵੱਢ ਟੁੱਕ ਕੀਤੀ ਇਹਨਾਂ ਨੇ ਵੱਢ ਟੁੱਕ ਕੇ ਪੈਟਰੋਲ ਛੱਟ ਕੇ ਅੱਗ ਲਾਈ ਜਦੋਂ ਨਾ ਸਰਦਾਰ ਅਜੀਤ ਸਿੰਘ ਨੂੰ ਦੇ 'ਚ ਇਹਨੇ ਸੱਦਿਆ ਜਵਾਹਰ ਲਾਲ ਨਹਿਰੂ ਨੇ ਕਿਹਾ ਵੀ ਅਸੀਂ ਅਜੀਤ ਸਿੰਘ ਨੂੰ ਦੇ 'ਚ ਸੱਦਣਾ ਚਾਹੁੰਦੇ ਹਾਂ ਉਹ ਮਾਰਚ ਵਿੱਚ 1947 'ਚ ਇੱਧਰ ਸੱਦ ਲਏ ਸੱਦਣ ਤੋਂ ਬਾਅਦ
उन्होंने राष्ट्रपति बनाना था अजीत सिंह। अच्छा जी। लेकिन आके उन्होंने कहा भी मैं बीमार हाँ, मैं बुढ़ा हो गया, मेरे ते देश का भार नहीं सामभ होना, मैं बीमार हाँ। वो डलहौजी चले गया ठंडी जगह तो बीमार सी। देश आजाद होना सगा 15 अगस्त 1947 को, उन्होंने पता लग गया जो ना आजादी मिली, उन्होंने इन्नी खुशी मनाई, खुशी मनाई, उन्होंने अटैक हो गया उस दिन 15 अगस्त वाले। 15 अगस्त 1947 रात को वो ऐदा हाथ जोड़ के अपने घर वाली के पैरों से डे पे। पर शहीद भगत सिंह की कुरबानी बड़ी लासानी है। अज उन्होंने जद्दी पिंड खटकड़ कलां विच आए ने। असी खटकड़ कलां बारे जाणांगे क्योंकि खटकड़ कलां वो पिंड है जिहड़ा अज दुनिया के नक्शे के उत्ते शहीद भगत सिंह करके जाणिया जांदा है। तो साढ़े नाल ने इस पिंड के साढ़े नाल बजुर्ग जिहड़े जिन्हां का काफ़ी देर तो शहीद भगत सिंह के परिवार ने बड़ा नेड़ता रिश्ते रहे। साढ़े नाल ने बलवीर सिंह संधू सम सब तो पहला तुहाडा बहुत बहुत साढ़े चैनल ते निगी जी हैं। सत श्री अकाल तुहानू निगी जी हैं। सब तो पहला मेरा सवाल है कि शहीद भगत सिंह जिहदा अज जन्मदिन है पूरी दुनिया मना रही है क्योंकि 28 सितंबर लोग भुलते नहीं, अज 117वां जिहड़ा जन्मदिन है उन्हां दा मनाया जा रहा। आपां गल करिए तो शहीद भगत सिंह के जन्मदिन की, तो की उन्हां दा कित्थे उन्हां दा जन्मदिन होया, तो की खटकड़ कलां दा की जिहड़ा आ पिछोकड़ की है, किवें खटकड़ दा नाम पिया, आपां साडे दर्शक जानना चाहुंदे ने जी। जिहड़ा खटकड़ कलां पिंड बसिया जी जी, इह साडा पिंड पहला नारली सी जी, अमृतसर दे जिले विच नारली पिंड सी। उत्थों बजुर्ग अपने अस्त लै के हरिद्वार जा रहा सी। हरिद्वार दे रात पै गई, रास्ते दे विच कामे जगीरदारां दे घर रुकिया। उह कहिंदे काका वापस आउंदा भी शॉर्टकट करदा मैं, फिर वापस आउंदा भी इधर दी लंघ जी। जगीरदार दी कुड़ी जवान सी, उह अपनी कुड़ी नूं पुछदा बेटा तैनूं किदां दा वर चाहीदा, वो किद जिहड़ा हरिद्वार नूं आस्त पाउण इदां दा बंदा चाहीदा मैनूं। वो कहिंदे कोई नहीं, वह वापस आया मुड़ के फिर रात रहा उन्हां कोल। उन्हें कहा काका ब्याह करवाउणा, वह कहिंदा करा लांगे। अखीर जी उन्हां दा पक्का हो गया, ब्याह हो गया। वह कहिंदे घर जवाई रखना, असीं घर जवाई रखना, इत्थे जमीन तो दे देनी आ, इत्थे रहना पऊगा। वह मन गया, मन गया तो उन्हें घोड़ा दिता फेर ला। इत्थे जिहड़ा आ खटकड़ कलां वसिया ना, एक कामे वाले ने खट विच जमीन दित्ती सी, घर इत्थे बनाता 1.5 किलोमीटर 2 किलोमीटर ते। इत्थे कामे तो साइड दे उत्ते खाली पिया सा, बेआबाद सी जी जी उहनां वेलिआं दी गल। तां उधर अंबरसर तो बहुत दसांझ पट्टी ठाली सी, वो अंबरसर तो भी साढ़े पिंड दसांझ पट्टी दे बंदे आ के बह गए। तां इधर ये नौजवान बह गया नारली तो जी, उहदे घर दे कहते आ जा तूं इत्थे नारली आ जा, वो मनिया नहीं, कहिंदा इत्थे बहुत वधिया मैनू हैगा पिंड मेरा आपणा। कहिंदे उहदे 5-6 मुंडे होए, 6 मुंडिआं दे विच इन्हां दा भगत सिंह दा परिवार, तां बाकी 6 मुंडे होए उन्हां दे अलग अलग परिवार, संधू पासा हो गया। संसद ये गल है जिवें तुसीं दस्सदे वी खटकड़ जिहड़ा आ उह जिवें तुसीं नौजवान जा रहा सी उहनूं दाज दे विच इत्थे दित्ता गया पिंड जिहड़ा अज्ज खटकड़ कलां तां नाम बणिआ। ते शहीद भगत सिंह दी गल करी ते शहीद भगत सिंह दा जन्म कित्थे होया सीगा, शहीद भगत सिंह दा इस पिंड नाल की संबंध है, की उहनां दे बजुर्गां दा पिछोकड़ रहा आ, किन्नी वार शहीद भगत सिंह इस पिंड विच आए ने? जिहड़े शहीद भगत सिंह दा जन्म दिन वा ना, इह लायलपुर 5 चक बंगा दे लागे इहनां दा उत्थे जन्म दिन होया। लेकिन शहीद भगत सिंह दे बाबे ने ज अंग्रेजा ने बार अलाट हो बार आबाद की सी, इन्होंने बाबे ने उत्थे जमीन ले ली, 500 खेत जमीन का लिया, तो उत्थे चले गए इधरों। तो भगत सिंह का चाचा, दोए चाचे, भगत सिंह का बाप सारे खटकड़ कलां विच पैदा होए आ। इत्थे जो ना जमीन उधर ले ली, उधर फिर 2 महीनिया दे छुट्टियां विच इन्हां दी इत्थे भी बाग सीगा जी, इत्थे अंब चुपनाउंदे हुंदे सीगे छोटे छोटे हुंदे। तां भगत सिंह दा जिहड़ा भगत सिंह दा इक वड्डा भरा जग सिंह सी जी जी, इह 6 भरा सी। अच्छा जी। भगत सिंह दे बाबे ने कहना मैं 2 पुत अपने देश लई लाते आ, अजीत सिंह तां सवर्ण सिंह जी, इह पोते पाल रहा जी, दोनों उंगली ला के इत्थे लैन रेलवे लाइन दे नाल खूह सीगा, उत्थे लिया के नलाउणे, और बहुत सुनखे सोहणे हुंदे सी। मेरा फादर इहनां दा बिल्कुल हम जमाती सी। अच्छा जी। हाँ जी, वह दसदे हुंदे सी
ਬਹੁਤ ਸਨਖ ਜੀ ਜਦੋਂ ਉਂਗਲੀ ਲਾ ਕੇ ਇੱਥੇ ਨੜਾਉਣੇ ਨੇ ਤਾਂ ਸਰਦਾਰ ਸਵਰਨ ਸਿੰਘ ਅੰਗਰੇਜ਼ਾਂ ਨੂੰ ਸਿੱਖ ਫੌਜ ਨੂੰ ਟ੍ਰੇਨਿੰਗ ਦਿੰਦਾ ਸੀ ਸਕੂਲ ਖੋਲ੍ਹਿਆ ਸੀ ਉਹਨਾਂ ਨੇ ਲਾਹੌਰ ਵਿੱਚ ਸਕੂਲ ਖੋਲ੍ਹਿਆ ਤਾਂ ਫੌਜੀਆਂ ਨੂੰ ਟ੍ਰੇਨਿੰਗ ਦਿੰਦਾ ਸੀ ਵੀ ਬਗਾਵਤ ਕਿੱਦਾਂ ਕਰਨੀ ਆ ਜੀ ਜੀ ਅੰਗਰੇਜ਼ ਗੌਰਮੈਂਟ ਨੂੰ ਪਤਾ ਲੱਗ ਗਿਆ ਵੀ ਇਹ ਬਾਗੀ ਆ ਸਰਦਾਰ ਸਵਰਨ ਸਿੰਘ ਜੀ ਜੀ ਸਵਰਨ ਸਿੰਘ ਨੂੰ ਉਹਨੇ ਸਖ਼ਤ ਸਜ਼ਾ ਦੇ ਦਿੱਤੀ ਜੀ ਹਲੇ ਵਿਆਹ ਉਹਨੂੰ 6 ਮਹੀਨੇ ਹੋਏ ਸੀ ਸਖ਼ਤ ਸਜ਼ਾ ਕੋਲੂ ਪੀੜ ਨੇ ਦੇ ਦਿੱਤੀ ਜਿੱਦਾਂ ਬਲਦ ਜੋੜੀ ਦੀ ਆ ਨਾ ਕੋਲੂ ਨੂੰ ਇੱਦਾਂ ਸਜ਼ਾ ਦੇ ਦਿੱਤੀ ਨਹੀਂ ਤੁਰਦੇ ਸੀ ਤਾਂ ਪਿੱਛੋਂ ਡਾਂਗ ਮਾਰਦੇ ਸੀ ਉਹਨਾਂ ਦੀ ਛਾਤੀ ਟੁੱਟ ਗਈ ਅੱਛਾ ਜੀ ਜੇਲ੍ਹ 'ਚ ਉਹ ਸ਼ਹੀਦ ਹੋ ਗਏ ਤਾਂ ਛਾਤੀ ਟੁੱਟ ਗਈ ਤਾਂ ਜੇਲ੍ਹ 'ਚ ਸ਼ਹੀਦ ਹੋ ਗਏ ਹਲੇ 23 ਸਾਲ ਦੀ ਉਮਰ ਸੀ ਉਹਨਾਂ ਦੀ ਵਿਆਹ ਤਾਂ 6 ਮਹੀਨੇ ਬਾਅਦ ਉਹ ਪੂਰੇ ਹੋ ਗਏ ਠੀਕ ਹੈ ਫਿਰ ਸਰਦਾਰ ਰਣਜੀਤ ਸਿੰਘ ਬਹੁਤ ਜੋਸ਼ੀਲੇ ਸੀ ਜਦੋਂ ਲੈਕਚਰ ਕਰਨਾ ਤਾਂ ਵੱਡੇ ਲੀਡਰਾਂ ਦੇ ਪਤਾ ਲੱਗਦਾ ਸਾ ਵੀ ਸਰਦਾਰ ਰਣਜੀਤ ਸਿੰਘ ਬੋਲਦਾ ਹਾਂ ਤਾਂ ਇਹ ਲੈਕਚਰ ਇਹਨਾਂ ਸੁਣਦੇ ਸੀ ਲੋਕ ਗੌਰਮੈਂਟ ਨੂੰ ਪਤਾ ਲੱਗ ਗਿਆ ਅਜੀਤ ਸਿੰਘ ਹੀ ਬਾਗੀ ਹੋ ਗਿਆ ਜੀ ਉਹਨਾਂ ਨੇ ਗੋਲੀ ਦਾ ਹੁਕਮ ਦੇ ਦਿੱਤਾ ਅਜੀਤ ਸਿੰਘ ਨੂੰ ਵਕੀਲ 'ਚ ਹੀ ਪੜ੍ਹਿਆ ਲਿਖਿਆ ਸੀਗਾ ਅੱਛਾ ਜੀ ਗੋਲੀਆਂ ਉਹ ਫਿਰ ਹੈਰਾਨ ਰਾ ਕਰ ਬਲਦੀ ਨਾ ਆਪਣਾ ਨਾਂ ਮਿਰਜ਼ਾ ਹਸਨ ਰੱਖ ਕੇ ਬਾਹਰ ਨਿਕਲ ਗਿਆ ਹਿੰਦੁਸਤਾਨ ਦੇ ਵਿੱਚੋਂ ਬਾਹਰ ਉੱਧਰ ਹੀ ਬੈਲਜੀਅਮ ਵਗੈਰਾ ਜਰਮਨ ਇੰਗਲੈਂਡ ਸਾਰੇ ਮੁਲਕਾਂ ਦੇ ਵਿੱਚ ਅਮਰੀਕਾ ਵਿੱਚ ਉਹਨਾਂ ਦੇਸ਼ਾਂ 'ਚ ਅੰਗਰੇਜ਼ੀ ਪੜ੍ਹਾ ਕੇ ਟਾਈਮ ਪਾਸ ਕੀਤਾ ਜਦੋਂ ਆਜ਼ਾਦ ਹਿੰਦ ਫੌਜ ਬਣੀ ਸੁਭਾਸ਼ ਚੰਦਰ ਬੋਸ ਨੇ ਉਹਦੇ ਵਿੱਚ ਸਰਦਾਰ ਅਜੀਤ ਸਿੰਘ ਦਾ ਬਹੁਤ ਵੱਡਾ ਰੋਲ ਸੀ ਕਿਉਂਕਿ ਪੰਜਾਬੀਆਂ ਨੂੰ ਉਹ ਆਜ਼ਾਦ ਹਿੰਦ ਫੌਜ ਵਿੱਚ ਭਰਤੀ ਕਰਾਉਣ ਵਾਲਾ ਸਰਦਾਰ ਅਜੀਤ ਸਿੰਘ ਸੀ ਉਧਰੋਂ ਤਿਆਰ ਕਰਕੇ ਆਜ਼ਾਦੀ ਮੂਵਮੈਂਟ ਦੇ ਨਾਲ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਬਹੁਤ ਬਾਹਰ ਜਾ ਕੇ ਵੀ ਆਜ਼ਾਦੀ ਲਈ ਕੰਮ ਕਰਦੇ ਰਹੇ ਸਰਦਾਰ ਅਜੀਤ ਸਿੰਘ ਸੰਤ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਅਜੀਤ ਸਿੰਘ ਜਿਹੜੇ ਸੀ ਬੜੇ ਪੜ੍ਹੇ ਲਿਖੇ ਸੀ ਇੱਕ ਵਕੀਲ ਸੀ ਆਜ਼ਾਦੀ ਮੂਵਮੈਂਟ ਲਈ ਉਹਨਾਂ ਨੇ ਭਾਵੇਂ ਉਹਨਾਂ ਨੇ ਬਗਾਵਤ ਵੀ ਕਰ ਦਿੱਤੀ ਗੁਰਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਬਾਹਰ ਵੀ ਉਹਨਾਂ ਨੇ ਕਾਫੀ ਰਹੇ ਪੰਜਾਬ ਦੇ ਵਿੱਚ ਆ ਕੇ ਵੀ ਉਹਨਾਂ ਨੇ ਇੱਕ ਪਗੜੀ ਸੰਭਰਾਲ ਜੱਟਾ ਲਹਿਰ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਸੀ ਤੁਸੀਂ ਮੰਨਦੇ ਹੋ ਕਿ ਜਿਹੜਾ ਸ਼ਹੀਦ ਭਗਤ ਸਿੰਘ ਸੀ ਜਿਹਨੇ ਛੋਟੀ ਉਮਰ ਦੇ ਵਿੱਚ ਸੀ ਉਹ ਕਦੋਂ ਪ੍ਰਭਾਵਿਤ ਹੋਇਆ ਅਜੀਤ ਸਿੰਘ ਤੋਂ ਜਦੋਂ ਸਰਦਾਰ ਅਜੀਤ ਸਿੰਘ ਨੂੰ ਅੰਡੇਮਾਨ ਉੱਧਰੋਂ ਆਏ ਨਾ ਰਿਹਾ ਹੋ ਕੇ ਆਏ ਤਾਂ ਉੱਧਰ ਭਗਤ ਸਿੰਘ ਦਾ ਜਨਮ ਦਿਨ ਸੀ ਉਸ ਦਿਨ ਠੀਕ ਉਹ ਕਹਿੰਦੇ ਵੀ ਭਗਤ ਸਿੰਘ ਭਾਗਾਂ ਵਾਲਾ ਆ ਕਿਉਂਕਿ ਸਰਦਾਰ ਰਣਜੀਤ ਸਿੰਘ ਛੁੱਟੇ ਆ ਮਤਲਬ ਜਿੱਦਣ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਤੇ ਚਾਚਾ ਅਜੀਤ ਸਿੰਘ ਰਿਹਾ ਹੋ ਕੇ ਆਏ ਸੀ ਭਾਗਾਂ ਵਾਲਾ ਕਰਕੇ ਇਹਨਾਂ ਦਾ ਭਗਤ ਸਿੰਘ ਰੱਖਿਆ ਗਿਆ ਨੌਏ ਉਹਨਾਂ ਦਾ ਭਾਗਾਂ ਵਾਲਾ ਰੱਖਿਆ ਉਸ ਤੋਂ ਬਾਅਦ ਭਗਤ ਸਿੰਘ ਦਾ ਨਾਮ ਹਾਂਜੀ ਅੱਗੇ ਕੀ ਉਹਨਾਂ ਨੂੰ ਇੱਦਾਂ ਦਾ ਭਗਤ ਸਿੰਘ ਨੂੰ ਲੱਗਾ ਕਿ ਮੇਰੇ ਚਾਚੇ ਨੇ ਦੇਸ਼ ਦੀ ਆਜ਼ਾਦੀ ਲਈ ਮੂਵਮੈਂਟ ਚਲਾਈ ਆ ਮੈਂ ਇਹਦੇ ਵਿੱਚ ਆਵਾਂ ਜਦੋਂ ਛੋਟਾ ਜਿਹਾ ਭਗਤ ਸਿੰਘ ਸੀਗਾ ਨਾ ਅਜੀਤ ਸਿੰਘ ਤਾਂ ਜੇਲ੍ਹ 'ਚ ਆ ਜਾਂਦੇ ਸੀ ਚਲੇ ਜਾਂਦੇ ਸੀ ਆ ਜਾਂਦੇ ਇਸੇ ਤਰ੍ਹਾਂ ਸਰਦਾਰ ਕ੍ਰਿਸ਼ਨ ਸਿੰਘ ਭਗਤ ਸਿੰਘ ਦੇ ਬਾਪ ਉਹਨਾਂ 'ਤੇ ਵੀ 42 ਮੁਕੱਦਮੇ ਚੱਲਦੇ ਸੀ ਉਹ ਵੀ ਕਦੇ ਜੇਲ੍ਹ 'ਚ ਕਦੇ ਬਾਹਰ ਕਦੇ ਜਿਹੜਾ ਭਗਤ ਸਿੰਘ ਦਾ ਭਰਾ ਜਗ ਸਿੰਘ ਸਾ ਵੱਡਾ ਸਾਰਿਆਂ 'ਤੇ ਉਹ ਬਹੁਤ ਜੋਸ਼ੀਲਾ ਸਾ ਸਟੇਜ ਦੇ ਉੱਤੇ 14 ਸਾਲ ਦੀ ਉਮਰ ਵਿੱਚ ਲੈਕਚਰ ਕਰਦਾ ਸਾ ਉਹਦਾ ਲੈਕਚਰ ਸੁਣਦੇ ਸੀ ਉਹ ਉਹਨਾਂ ਦਿਨਾਂ 'ਚ ਪਲੇਗ ਆਈ ਬਿਮਾਰ ਹੋ ਗਿਆ ਉਹ ਤਾਂ ਪੂਰੇ ਹੋ ਗਏ ਤਾਂ ਰਹਿ ਕੇ ਭਗਤ ਸਿੰਘ ਛੋਟਾ ਸੀ ਇਹ ਰਹਿ ਗਿਆ ਜਦੋਂ ਜੇਲ੍ਹਿਆਂ ਵਾਲੇ ਬਾਗ ਵਿੱਚ ਗੋਲੀ ਚੱਲੀ ਆ ਨਾ ਭਗਤ ਸਿੰਘ 12 ਸਾਲ ਦੀ ਉਮਰ ਦਾ ਸੀ ਜੇਲ੍ਹਿਆਂ ਵਾਲੇ ਬਾਗ ਆ ਗਿਆ ਆ ਕੇ ਤਾਂ ਜਦੋਂ ਉਹਨੂੰ ਪਤਾ ਲੱਗਾ ਵੀ ਬਹੁਤ ਬੰਦੇ ਮਰ ਗਏ ਉੱਥੋਂ ਲਹੂ ਇਕੱਠਾ ਕਰਕੇ ਨਾ ਇੱਕ ਸ਼ੀਸ਼ੀ 'ਚ ਪਾ ਲਿਆ ਸ਼ੀਸ਼ੀ 'ਚ ਪਾ ਕੇ ਲਾਹੌਰ ਚਲੇ ਗਿਆ ਉੱਥੇ ਜਾ ਬੀਬੀ ਅਮਰ ਕੌਰ ਭੈਣ ਇਹਨਾਂ ਦੀ ਉਹ ਭਗਤ ਸਿੰਘ 'ਤੇ 2.5 ਸਾਲ ਛੋਟੀ ਸੀ ਉਹਨੇ ਅੰਬ ਬਹੁਤ ਸੋਹਣੇ ਸੋਹਣੇ ਚੁੱਕ ਕੇ ਰੱਖੇ ਹੋਏ ਸੀ ਕਹਿੰਦੀ ਵੀਰਾ ਜੀ ਮੈਂ ਤੁਹਾਡੇ ਲਈ ਅੰਬ ਰੱਖੇ ਆ ਉਹ ਬਹੁਤ ਸੋਹਣੇ ਸੋਹਣੇ ਅੰਬ ਰੱਖੇ ਆ ਉਹ ਕਹਿੰਦੀ ਬੋਲੇ ਬਿਨਾਂ ਕਦੇ ਇਸ ਕਮਰੇ 'ਚ ਵੜ ਜਾਵੇ ਕਦੇ ਦੂਜੇ ਕਮਰੇ 'ਚ ਵੜ ਜਾਵੇ ਕਦੇ ਕਹਿੰਦੀ ਮੇਰੇ ਨਾਲ ਉਹਨੂੰ ਗੱਲ ਨਹੀਂ ਕੀਤੀ ਜੀ ਫਿਰ ਕਹਿੰਦੀ ਜਾਂ ਮੈਂ ਜ਼ਿਆਦਾ ਪੁੱਛਣ ਲੱਗੀ ਤਾਂ ਕਹਿੰਦੀ ਅਮਰੋ ਅਮਰ ਕੌਰ ਭੈਣ ਨੂੰ ਅਮਰੋ ਕਹਿੰਦੀ ਅਮਰੋ ਵੀ ਦੁਸ਼ਮਣਾਂ ਨਾਲ ਬਹੁਤ ਲੋਕ ਮਾਰ ਦਿੱਤੇ 1919 ਜ਼ਿਲ੍ਹਿਆਂ ਵਾਲਾ 13 ਅਪ੍ਰੈਲ 1919 ਬਾਗ ਬਹੁਤ ਲੋਕ ਮਾਰ ਦਿੱਤੇ ਉੱਥੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਭਗਤ ਸਿੰਘ ਤਾਂ
उतो मिट्टी उसने लिया के अंदर गिठी दे उत्ते रख दिती, पर अंब उहदा चुप्पन का कोई विचार नहीं सी उस टाइम, बहुत गम दे विच सी। सो इहदे विच मैं तुहानूं इक गल होर शेयर करनी चाहुंदा कि संधु अपने जिहड़े सरदार भगत सिंह सी, इह जिवें तुसीं दस्सिया कि छोटी उम्र दे विच, जे परिवार की गल करिए तां इहदे परिवार विच इहनां दे माता पिता का की नाम सीगा, किन्नियां भैणां सी, किन्ने भरा सी जी? इह जी जिहड़ा सरदार फतेह सिंह होया ना जी, वह महाराजा रणजीत सिंह की फौज के बड़े अहदे ते सी। की लगते सी भगत सिंह दे पड़दादा सी? भगत सिंह दे पड़दादा, पड़दादा फतेह सिंह, फतेह सिंह जी जी जी। वह जदों महाराजा रणजीत सिंह की फौज हार गई, वह खटखट कलां आके उसने दीवान खाना बनाया। अच्छा, दीवान खाना ना गोरिया ना मिलना, ना गोरिया पिंड आन देना, तो ना गोरिया के नाल बाईकाट कर दिता, सांझ खत्म कर ली गोरे, हाँ गोरिया ने सांझ नहीं रखनी कोई भी जी जी। ना पिंड बढ़ने देने, ना ना जाना गोरिया को, पिंड के फैसले पिंड करने, दीवानखाना छोटी इट का बनाया। 1857 के आके दीवानखाना उन्हें बनाया, जो फौज महाराजा रणजीत सिंह की फौज हार गई तो पिंड आ गया। गौरमेंट न पता लग गया भी सरदार फतेह सिंह बागी हो गया जी, उन्होंने गोरिया किने दसता भी बागी आ। उन्होंने राहों तो राई लिया, राई मुसलमान लिया, अपनी जमीन राइया के नाम लुआ के पक्के हक दवाते, नहीं तो गौरमेंट कहती सी इहदी जमीन खो के किसी जगीरदार नूं दे दिओ दे दिओ, लेकिन उन्होंने राई बिठाल के मुसलमान राई उन्होंने जमीन दे दी अपनी। जिहड़ा भगत सिंह दा बाबा अर्जन सिंह सीगा जी जी, इह गोरिया दे एकदम उल्ट हो गया, मतलब विरोध सी गोरिया दा, विरोध विच हो गया। उहनूं कांग्रेस दा प्रधान रिहा अच्छा जी बाबा अर्जन सिंह, फिर उहदे तीन मुंडे होए अच्छा जी, किशन सिंह, अजीत सिंह, स्वर्ण सिंह। तीन मुंडिया दे विचों किशन सिंह शहीद भगत सिंह का बाप सी जी। जल्लियांवाला जिहड़ा कांड होया सी 13 अप्रैल 1919 अमृतसर दे विच, उह तों ज़्यादा प्रभावित होए जां फिर अपने चाचा जी की मूवमेंट तो? जिहड़ा सरदार अजीत सिंह सीगा ना, उहनां दा चाचा सरदार दलवाग सिंह, सरदार बहादुर दलवाग सिंह सीगा जी जी, उहदे चाचे दे कोल गोरे आउंदे हुंदे सी जी, सगा परिवार सीगा जी, ਤਾਂ ਉਹ ਜਦੋਂ ਗੋਰਿਆਂ ਆਉਂਦੇ ਸੀ ਅਜੀਤ ਸਿੰਘ ਬਹੁਤ ਨਫ਼ਰਤ ਕਰਦਾ ਸੀ। ਅੱਛਾ ਜੀ, ਨਫ਼ਰਤ ਕਰਦਾ ਸੀ ਜਦੋਂ ਗੋਰਿਆਂ ਨੇ ਆਉਣਾ ਉਹਨੂੰ ਮਿੱਟੀ ਮੁੱਟੀ ਖਿਲਾਰ ਦੇਣੀ ਆਲ ਦੌਲੇ, ਅਜੀਤ ਸਿੰਘ ਨੇ ਗੋਰਿਆਂ 'ਤੇ ਬਹੁਤ ਨਫ਼ਰਤ ਕਰਦਾ ਸੀ ਉਹ ਜੀ। ਜਿਹੜੇ ਇਹ ਦੂਜਾ ਲੰਬੜ ਜੈਲਦਾਰ ਬਣੇ ਆ ਉਹ ਗੋਰਿਆਂ ਨੂੰ ਗੋਰੇ ਉਹਨਾਂ ਦੇ ਕੋਲ ਚਮਚਾਗਿਰੀ ਕਹਿ ਸਕਦੇ ਉਹਦੇ, ਹਾਂ ਉਹਨਾਂ ਦੇ ਕੋਲ ਟਾਊਟ ਵਗੈਰਾ ਆਉਂਦੇ ਸੀ ਗੋਰਿਆਂ ਦੇ ਟਾਊਟਸ ਆਉਂਦੇ ਸੀ ਜੀ। ਤਾਂ ਇਹ ਅਜੀਤ ਸਿੰਘ ਨਫ਼ਰਤ, ਇਹ ਸਰਦਾਰ ਅਰਜਨ ਸਿੰਘ ਦੇ ਜੀ ਲੜਕੇ ਸੀ ਜੀ ਜੀ, ਉਹ ਸਰਦਾਰ ਬਹਾਦਰ ਦਿਲਬਾਗ ਸਿੰਘ ਵਗੈਰਾ ਇਹ ਤਿੰਨ ਭਰਾ ਸੀਗੇ, ਇਹ ਸੁਰਜਨ ਸਿੰਘ ਦੇ ਲੜਕੇ ਸੀ, ਜਸਵੰਤ ਸਿੰਘ, ਮੰਗਲ ਸਿੰਘ, ਤਾਂ ਸਰਦਾਰ ਬਹਾਦਰ ਦਿਲਬਾਗ ਸਿੰਘ, ਦਿਲਬਾਗ ਤਿੰਨ ਉਹਨਾਂ ਦੇ ਸੀ, ਤਿੰਨੇ ਇਹਨਾਂ ਦੇ ਸੀ ਜੀ ਜੀ, ਤਿੰਨ ਇਹਨਾਂ ਦੇ ਕਿਸ਼ਨ ਸਿੰਘ, ਅਜੀਤ ਸਿੰਘ, ਸੁਭਾਨ ਸਿੰਘ ਜੀ। ਤਾਂ ਇਸ ਕਰਕੇ ਉਹ ਅੰਗਰੇਜ਼ਾਂ ਦੇ ਹੱਕ 'ਚ ਚਲੇ ਗਏ, ਇੱਧਰ ਇਹ ਜਿਹੜੇ ਅੰਗਰੇਜ਼ਾਂ ਦੇ ਉਲਟ ਚਲੇ ਗਏ। ਇੱਥੇ ਬੇਬੇ ਭਗਤ ਸਿੰਘ ਦੀ ਮਾਤਾ ਜੀ, ਉਹਨਾਂ ਨੂੰ ਅਸੀਂ ਬੇਬੇ ਜੀ ਸਾਡੇ ਸਾਰੇ ਬੇਬੇ ਜੀ ਕਹਿੰਦੇ, ਜ਼ਿਆਦਾ ਲੋਕ ਕਈ ਲੋਕ ਪੰਜਾਬ ਮਾਤਾ ਵੀ ਸਾਡੇ ਨੂੰ, ਪੰਜਾਬ ਮਾਤਾ, ਗਿਆਨੀ ਜੈਲ ਸਿੰਘ ਨੇ ਉਦੋਂ ਖਿਤਾਬ ਪੰਜਾਬ ਮਾਤਾ ਤੋਂ ਦਿੱਤਾ ਸੀ, ਪੰਜਾਬ ਮਾਤਾ ਕਹਿਣ ਲੱਗ ਪਏ, ਨਹੀਂ ਤਾਂ ਸਾਰੇ ਬੇਬੇ ਜੀ ਸਾਡੇ। ਇੱਥੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਘਰ ਇਹਨਾਂ ਦਾ ਸੀਗਾ, ਹੁਣ ਤਾਂ ਮੈਂ ਇੱਥੇ ਆਬਾਦੀ 'ਚ ਬਣਾ ਲਿਆ ਘਰ, ਪਹਿਲਾਂ ਬਿਲਕੁਲ ਪੁਰਾਣਾ ਘਰ, ਇੱਕ ਸਾਹਮਣੇ ਗੇਟ ਸੀ ਸਾਡੇ, ਅਸੀਂ ਬੇਬੇ ਜੀ ਦੇ ਕੋਲ ਸੌਣਾ, ਬੇਬੇ ਜੀ ਦਾ ਪੋਤਾ ਹੁੰਦਾ ਸੀਗਾ ਦਵਿੰਦਰ ਸਿੰਘ, ਛੋਟੇ ਰਜਿੰਦਰ ਸਿੰਘ ਦਾ, ਅਸੀਂ ਬੇਬੇ ਜੀ ਦੇ ਕੋਲ ਸੌਂਦੇ ਹੁੰਦੇ ਸੀਗੇ, ਤਾਂ ਉੱਥੇ ਹੀ ਪੜ੍ਹਨਾ, ਉੱਥੇ ਹੀ ਸੌਣਾ, ਬੇਬੇ ਜੀ ਦੇ ਕਾਫੀ, ਅਤੇ ਅਸੀਂ ਉੱਥੇ ਖੇਲਣਾ ਵੀ ਉਹਨਾਂ ਕੋਲ ਹੀ। ਇਹ 5-6 ਬੁੜੀਆਂ ਹੁਣ ਮੈਂ ਤਾਂ ਕਹਿ ਦਿੱਤਾ, ਉਹ ਬੇਬੇ ਜੀ ਦੇ ਕੋਲ ਸ਼ਾਮ ਨੂੰ ਰੋਜ਼ ਬਹਿੰਦੀਆਂ ਸੀ, ਚਾਚੀ ਹਰਨਾਮ ਕੌਰ, ਚਾਚੀ ਹੁਕਮ ਕੌਰ, ਤਾਂ ਭਾਨੀ, ਮਾਤਾ ਭਾਨੀ, ਤੇਜ ਕੌਰ ਵਗੈਰਾ, ਜਿੰਨੀਆਂ ਇਹ ਬੇਬੇ ਜੀ ਦੇ ਕੋਲ ਆ ਕੇ ਬਹਿਣਾ, ਸ਼ਾਮ ਨੂੰ ਸਾਰਾ ਉੱਥੇ ਮਹਿਫਲ ਲੱਗਦੀ ਹੁੰਦੀ ਸੀ, ਅਸੀਂ ਵੀ ਉੱਥੇ ਖੇਲੀ ਜਾਣਾ ਜੀ ਜੀ ਜੀ। ਤਾਂ ਅਸੀਂ ਛੋਟੇ ਹੁੰਦੇ ਬੇਬੇ ਜੀ ਕੋਲ ਰਹੇ ਹਾਂ, ਤਾਂ ਫਿਰ ਇੱਥੇ ਹੀ ਰਹੇ ਖਟ, ਜਦੋਂ ਆਜ਼ਾਦੀ ਤੋਂ ਬਾਅਦ ਇੱਥੇ ਰਹੇ। ਜਿਹੜੇ ਛੋਟੇ ਦੋ ਭਰਾ ਹੋਏ ਨਾ, ਰਜਿੰਦਰ ਤਾਂ ਰਣਵੀਰ, ਉਹਨਾਂ ਨੇ ਯੂਪੀ ਦੇ ਵਿੱਚ 50-50 ਖੇਤ ਅਲਾਟ ਹੋ ਗਏ, ਉਹ ਬਾਜਪੁਰ ਚਲੇ ਗਏ, ਬਾਜਪੁਰ ਜਨਤਾ ਫਾਰਮ ਬਣਾ ਲਿਆ, ਉਹਨੇ ਜੰਗਲ ਆਬਾਦ ਕੀਤਾ, ਇੱਕ ਉੱਤੇ
टिब्बे दे विच ओह तो बह गए उत्थे छे तां छे नहीं रहिंदे सी। एक किसान साहब जिहड़ा शहीद भगत सिंह बारे अक्सर आंदा कि वह खेत दे विच जिहड़ा आप खेती करते हैं खेती करते सी दबूकां बीजदे हुंदे सीगे तां कहिंदे सी उहदे फादर साहब ने पुछा की बीज रहे, कहिंदा मैं बंदूकां बीज रहा हां मैं गोरे अनुमान। ये कहानी की है इहनां दी? ਇਹ ਜੀ ਭਗਤ ਸਿੰਘ ਬਹੁਤ ਛੋਟਾ ਜਿਹਾ 2.5 ਸਾਲ ਦਾ ਸੀ ਜੀ, ਤਾਂ ਜਦੋਂ ਇਹ ਗੱਲਾਂ ਬਾਤਾਂ ਕੋਈ ਆਏ ਸੀਗੇ ਨਾ ਇਹਨਾਂ ਕੋਲ ਭਗਤ ਸਿੰਘ ਦੇ ਬਾਪ ਦੇ ਕੋਲ, ਤਾਂ ਉਹ ਇੱਦਾਂ ਮਿੱਟੀ ਦੇ ਵਿੱਚ ਇੱਦਾਂ ਢੇਰੀਆਂ ਬਣਾ ਬਣਾ ਕੇ ਡੱਖੇ ਕੱਢੀ ਜਾਂਦਾ। ਅੱਛਾ। ਤਾਂ ਉਹ ਕਹਿੰਦੇ ਤੂੰ ਇਹ ਕੀ ਕਰਦਾ? ਕਹਿੰਦਾ ਮੈਂ ਬੰਦੂਕਾਂ ਬੀਜਦਾ ਗੋਰਿਆਂ ਨੂੰ ਕੱਢ ਕੇ ਆਪਣੇ ਚਾਚਾ ਜੀ ਅਜੀਤ ਸਿੰਘ ਨੂੰ ਇੱਧਰ ਮੰਗਾਉਣਾ, ਗੋਰਿਆਂ ਨੂੰ ਇੱਧਰੋਂ ਕੱਢ ਦੇਣਾ ਤਾਂ ਅਜੀਤ ਸਿੰਘ ਨੂੰ ਇੱਥੇ ਮੰਗਾਉਣਾ ਆਪਣੇ। ਇਸ ਕਰਕੇ ਅਜੀਤ ਸਿੰਘ ਦਾ ਛੋਟਾ ਜਿਹਾ ਜਦੋਂ ਭਗਤ ਸਿੰਘ ਛੋਟਾ ਜਿਹਾ ਸੀਗਾ ਤਾਂ ਉਹਨਾਂ ਦੇਸ਼ ਨਿਕਾਲੇ, ਸਮਝ ਲਓ ਚਾਲੀ ਸਾਲ ਬਾਹਰਲੇ ਮੁਲਕਾਂ 'ਚ ਅੰਗਰੇਜ਼ੀ ਪੜ੍ਹਾ ਪੜ੍ਹੂ ਕੇ ਆਪਣਾ ਗੁਜ਼ਾਰਾ ਕਰਦੇ ਸੀ। ਉਹ ਜਿਹੜਾ ਉਹਨਾਂ ਦੇ ਕੋਲ ਪੈਸਾ ਹੁੰਦਾ ਸੀ ਆਜ਼ਾਦ ਹਿੰਦ ਫੌਜ ਦੇ ਜਿਹੜੇ ਇੱਧਰੋਂ ਸਿੱਖ ਗਏ ਹੋ ਸੀ ਲੜਾਈ ਕਰਦੇ 1945 ਦੀ ਲੜਾਈ ਜਾਂ ਹੋਰ ਪਹਿਲਾਂ ਲੜਾਈ, ਉਹ ਫੌਜੀਆਂ ਨੂੰ ਤਿਆਰ ਕਰਕੇ ਵੀ ਇੰਡੀਆ ਕਿੱਦਾਂ ਆਜ਼ਾਦ ਕਰਾਉਣਾ। ਜਦੋਂ ਸਰਦਾਰ ਅਜੀਤ ਸਿੰਘ ਹਿਟਲਰ ਕੋਲ ਗਏ ਅਤੇ ਕੀ ਉਸ ਵੇਲੇ ਦੀ ਜਿਹੜੀ ਉਹ ਸੀਗਾ ਵੀ ਹਿਟਲਰ ਨਾਲ ਕੀ ਗੱਲਬਾਤ ਹੋਈ ਇਹਨਾਂ ਦੀ? ਸਰਦਾਰ ਅਜੀਤ ਸਿੰਘ ਹਿਟਲਰ ਦੇ ਕੋਲ ਗਏ, ਹਿਟਲਰ ਦੇ ਨਾਲ ਸਲਾਹਕਾਰ ਵੀ ਬਣ ਕੇ ਰਹੇ, ਕਾਫੀ ਨੇੜਤਾ ਸੀ ਹਿਟਲਰ ਦੇ ਨਾਲ। ਅਜੀਤ ਸਿੰਘ ਕਹਿੰਦੇ ਸੀ ਮੈਨੂੰ ਅਸਲਾ ਦੇ, ਮੈਂ ਹਿੰਦੁਸਤਾਨ ਦੇ ਵਿੱਚੋਂ ਅੰਗਰੇਜ਼ ਗੌਰਮੈਂਟ ਕੱਢਣੀ ਆ ਜੀ, ਤਾਂ ਮੈਨੂੰ ਅਸਲਾ ਦੇ। ਫੌਜ ਤਾਂ ਇਹ ਆਪਣੀ ਤਿਆਰ ਕਰੀ, ਜਿਹੜੇ ਬਾਹਰ ਗਏ ਸੀਗੇ ਉਹਨਾਂ ਨੂੰ ਤਿਆਰ ਕਰਕੇ ਸੁਭਾਸ਼ ਚੰਦਰ ਫੌਜ ਦੀ ਵਿੱਚ ਭੇਜਦੇ ਸੀ, ਆਜ਼ਾਦ ਹਿੰਦ ਫੌਜ। ਆਜ਼ਾਦ ਹਿੰਦ ਫੌਜ ਦੇ ਵਿੱਚ ਬਾਹਰੋਂ ਅਜੀਤ ਸਿੰਘ ਨੇ ਬਹੁਤ ਵੱਡਾ ਰੋਲ ਵਾ, ਬਹੁਤ ਵੱਡਾ ਰੋਲ, ਜਿਹੜਾ ਤਿਆਰ ਕਰਕੇ ਉੱਧਰੋਂ ਭੇਜਦਾ ਸੀ ਵੀ ਅੰਗਰੇਜ਼ ਕਿੱਦਾਂ ਕੱਢਣੇ ਆ ਜੀ। ਤਾਂ ਇਸ ਕਰਕੇ ਹਿਟਲਰ ਨੇ ਫਿਰ ਥੋੜ੍ਹਾ ਜਿਹਾ ਇਹਨਾਂ ਦਾ ਮਨ ਮੁਟਾਵ ਹੋ ਗਿਆ। ਹਿਟਲਰ ਨੇ ਇੱਕ ਕਿਤਾਬ ਦੇ ਵਿੱਚ ਹਿੰਦੁਸਤਾਨ ਬਾਰੇ ਕੋਈ ਗਲਤ ਲਿਖ ਦਿੱਤਾ, ਉਹਨੇ ਕਿਹਾ ਇਹ ਕੱਟ ਦਿਓ, ਉਹਨੂੰ ਕੱਟਿਆ ਨਹੀਂ, ਤਾਂ ਇਸ ਕਰਕੇ ਥੋੜ੍ਹਾ ਹਿਟਲਰ ਤੋਂ ਪਿੱਛੇ ਹਟ ਗਿਆ, ਮਨ ਮੁਟਾਵ ਹੋ ਗਿਆ ਹਿਟਲਰ, ਨਹੀਂ ਤਾਂ ਹਿਟਲਰ ਦੇ ਬਹੁਤ ਕਲੋਜ਼ ਸੀ, ਅਜੀਤ ਸਿੰਘ ਕਲੋਜ਼ ਸਹਾਇਕ ਬਣ ਕੇ ਵੀ ਰਹੇ ਆ। ਹਾਂਜੀ, ਸਹਾਇਕ ਸਭ। ਜਿਵੇਂ ਮੈਂ, ਮੇਰਾ ਸਵਾਲ ਇਹ ਵੀ ਹੈ ਕਿ ਭਗਤ ਸਿੰਘ ਦਾ ਰਾਜਗੁਰੂ ਸੁਖਦੇਵ ਜੀ ਨਾਲ ਕਦੋਂ ਮਿਲਾਪ ਹੋਇਆ, ਇਸ ਬਾਰੇ ਥੋੜ੍ਹਾ ਜਿਹਾ? ਰਾਜਗੁਰੂ ਸੁਖਦੇਵ ਨਾਲ ਜਦੋਂ ਨਾ ਘਰਦਿਆਂ ਨੇ ਕਿਹਾ ਤੇਰਾ ਮੰਗਣਾ ਕਰ ਦੇਣਾ, ਉਹ ਚਿੱਠੀ ਲਿਖ ਕੇ ਰੱਖ ਗਏ, ਕਹਿੰਦੇ ਮੈਂ ਤਾਂ ਵਿਆਹ ਨਹੀਂ ਕਰਾਉਣਾ, ਕਾਨਪੁਰ ਚਲੇ ਗਏ। ਅੱਛਾ ਜੀ। ਕਾਨਪੁਰ ਤੋਂ ਉਹਨੇ ਨਾਂ ਆਪਣਾ ਬਦਲੀ ਕਰ ਲਿਆ ਜੀ, ਬਲਵੰਤ ਸਿੰਘ ਲਿਖ ਲਿਆ, ਭਗਤ ਸਿੰਘ ਹੋਣਾ ਨੇ ਆਪਣਾ ਨਾਂ ਚੇਂਜ, ਆਪਣਾ ਨਾਂ ਚੇਂਜ ਕਰਕੇ ਬਲਵੰਤ ਸਿੰਘ ਲਿਖ ਲਿਆ। ਤਾਂ ਬਲਵੰਤ ਸਿੰਘ ਦੇ ਉੱਤੇ ਫਿਰ ਲੇਖ ਛਾਪੇ ਜੀ, ਜੋ ਵੀ ਗੋਰਿਆਂ ਨੂੰ ਕੱਢਣ ਬਾਰੇ ਜਿੰਨੇ ਵੀ ਲੇਖ ਆ ਬਲਵੰਤ ਸਿੰਘ ਦੇ ਨਾਂ 'ਤੇ ਕਾਨਪੁਰ ਦੇ ਵਿੱਚ। ਉੱਥੇ ਫਿਰ ਸਰਦਾਰ ਜਿਹੜਾ ਚੰਦਰ ਸ਼ੇਖਰ ਆਜ਼ਾਦ ਹੋਇਆ, ਹਾਂਜੀ ਹਾਂਜੀ, ਇਹਨਾਂ ਦੀ ਪਾਰਟੀ ਰਾਜਗੁਰੂ ਸੁਖਦੇਵ ਨਾ ਆਪਣੇ ਜਤਿੰਦਰ ਨਾਥ ਸ਼ਹੀਦ ਬੰਬ ਬਣਾਉਂਦਾ ਉਹਦਾ ਬੰਬ ਟੈਸਟ ਕਰਨ ਲੱਗਾ, ਉਹਨੇ ਨਾ ਦੁਰਗਾ ਭਾਬੀ ਦਾ ਆਰਮੀ ਜਤਿੰਦਰ ਨਾਥ ਸ਼ਹੀਦ, ਉਹ ਦਰਿਆ ਦੇ ਕੰਢੇ 'ਤੇ ਬੰਬ ਟੈਸਟ ਕਰਨ ਲੱਗਾ ਤਾਂ ਬੰਬ ਚੱਲ ਗਿਆ, ਚੱਲ ਗਿਆ ਉਹ ਨਾ ਤਾਂ ਹੁਣ ਮਰਿਆਂ 'ਚ ਨਾ, ਉਹ ਕਹਿੰਦਾ ਮੈਨੂੰ ਜਿਉਂਦੇ ਨੂੰ ਟੋਏ 'ਚ ਦੱਬ ਕੇ ਦੱਬ ਦਿਓ, ਵੀ ਜੇ ਤੁਸੀਂ ਬਾਹਰ ਲਗਾਇਆ ਤਾਂ ਵੀ ਫਸਣਾ ਆ, ਵੀ ਮੈਂ ਹੁਣ ਮਰਿਆ, ਮੈਂ ਹੁਣ ਕੁਛ ਕਰ ਤਾਂ ਸਕਦਾ ਨਹੀਂ ਹੈ, ਮੈਂ ਜ਼ਖਮੀ ਬਹੁਤ ਹੋ ਗਿਆ ਸਰ ਜੀ ਜੀ। ਸ਼ਹੀਦ ਜਤਿੰਦਰ ਨਾਥ ਉਹ ਜਦੋਂ ਫਿਰ ਸਰਦਾਰ ਭਗਤ ਸਿੰਘ ਦਾ ਲਾਹੌਰ 'ਚੋਂ ਜਦੋਂ ਇਹਨੇ ਬੰਬ ਸੁੱਟਿਆ ਲਾਹੌਰ 'ਚੋਂ ਨਿਕਲਿਆ, ਬਾਲ ਕਤਲ ਕਰਾ ਕੇ ਦੁਰਗਾ ਭਾਬੀ ਦੇ ਨਾਲ ਨਿਕਲੇ, ਦੁਰਗਾ ਭਾਬੀ ਨਾਲ ਜਿਹਦੇ ਰਕਸ਼ੇ ਦੇ ਵਿੱਚ ਤਾਂਗੇ ਦੇ ਵਿੱਚ ਬਹਿ ਕੇ ਜਾਂਦੇ ਆ, ਉਹ ਕਹਿੰਦੇ ਵੀ ਦੁਰਗਾ ਭਾਬੀ ਤਾਂ ਉਹ ਤਾਂਗੇ ਵਾਲਾ ਕਹਿੰਦਾ ਵੀ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਨੇ ਭਗਤ ਸਿੰਘ ਨੇ ਜਿਹੜਾ ਅਸੈਂਬਲੀ 'ਚ ਬੰਬ ਸੁੱਟਿਆ ਨਾ, ਮੈਂ ਬਹੁਤ ਉਹਨਾਂ ਦੀ ਇੱਜ਼ਤ ਮਾਣ ਕਰ ਰਿਹਾ ਤਾਂਗੇ ਵਾਲਾ ਕਹਿੰਦਾ, ਤਾਂਗੇ ਦੇ ਵਿੱਚ ਭਗਤ ਸਿੰਘ ਬੈਠੇ ਸੀ, ਉਸੇ ਤਾਂਗੇ ਦੇ ਵਿੱਚ ਭਗਤ ਸਿੰਘ ਨਹੀਂ ਬੈਠੇ, ਭਗਤ ਸਿੰਘ ਬੈਠੇ ਸੀ ਜੀ, ਉੱਥੇ ਤਾਂਗੇ 'ਚ ਬਹਿ ਕੇ ਫਿਰ ਗੱਡੀ ਚੱਲ ਕੇ ਕਲਕੱਤੇ ਚਲ ਗਏ, ਕਲਕੱਤੇ ਵਾਲੇ ਦੁਰਗਾ ਭਾਬੀ ਦੇ ਨਾਲ ਚਲੇ ਗਿਆ ਜੀ ਜੀ ਜੀ, ਦੁਰਗਾ ਭਾਬੀ ਨਾਲ। ਇਸ ਕਰਕੇ ਉਹ ਵੀ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ, ਧੂੰਏ ਨਾਲ ਬੰਬ ਸੁੱਟਿਆ ਜੀ ਜੀ, ਤਾਂ ਇੰਡੀਆ ਦੇ ਵਾਲੇ ਵੀ ਬੈਠੇ ਸੀ ਮੀਟਿੰਗ ਦੇ ਵਿੱਚ, ਇੰਡੀਆ ਦੇ ਵੀ
ਲੀਡਰ ਬੈਠੇ ਸੀ ਜੀ ਜੀ ਉਹਨਾਂ ਨੇ ਉਸ ਖਾਲੀ ਜਗ੍ਹਾ ਤੇ ਸਿੱਧਾ ਧੂਏ ਦਾ ਸੁਨੇਹਾ ਦਿੱਤਾ ਸੀ ਕਿ ਮੈਂ ਗੋਰਿਆਂ ਦੇ ਕੰਨ ਖੋਲਣ ਆਇਆ ਕੰਨ ਖੋਲ ਲਈ ਮਾਰਨ ਲਈ ਨਹੀਂ ਮੈਂ ਤੇ ਮੈਂ ਇਹ ਧੂਏ ਦਾ ਬਾਬ ਛਿੱਟਿਆ ਮਾਰਨਾ ਕਿਸੇ ਨੂੰ ਨਹੀਂ ਚਾਹੁੰਦਾ ਜੀ ਔਰ ਆਪਣਾ ਨੂੰ ਅਰੈਸਟ ਵੀ ਕਰਾਤਾ ਉਸੇ ਸਿਰਾਂ ਨੇ ਜਦੋਂ ਉਹ ਸਾਡਰਸ ਮਾਰਿਆ ਨਾ ਹਾਂਜੀ ਹਾਂਜੀ ਉਸ ਟਾਈਮ ਇੱਕ ਕੋਲੇ ਦੀ ਕੰਨ ਟੱਪਣ ਲੱਗੇ ਜੀ ਉਹ ਚੰਨਣ ਸਿੰਘ ਸਿਗਾ ਸਿਪਾਹੀ ਉਹਨੂੰ ਭਗਤ ਸਿੰਘ ਦੀ ਲੱਤ ਫੜ ਲਈ ਜੀ ਜੀ ਉਹਨੂੰ ਕਹੇ ਛੱਡ ਦੇ ਤੂੰ ਲੱਤ ਛੱਡ ਦੇ ਉਹਨੇ ਛੱਡੀ ਨਾ ਉਹਨਾਂ ਦੇ ਗੋਲੀ ਮਾਰੀ ਭਗਤ ਸਿੰਘ ਨੇ ਗੋਲੀ ਮਾਰੀ ਤਾਂ ਉਹ ਡਿੱਪਿਆ ਮਰ ਗਿਆ ਮਰਨੇ ਤੇ ਬਾਅਦ ਉਹਦੇ ਮੁੰਡਾ ਛੋਟੀ ਉਮਰ ਦਾ ਸਰ 14 ਸਾਲ ਦੀ ਦਾ ਗੋਰਿਆਂ ਨੇ ਉਹਨੂੰ ਥਾਣੇਦਾਰ ਬਣਾ ਦਿੱਤਾ ਥਾਣੇਦਾਰ ਬਣਾ ਦਿੱਤਾ ਤਾਂ ਭਗਤ ਸਿੰਘ ਦਾ ਭਰਾ ਸਾਨੂੰ ਦੱਸਦਾ ਹੁੰਦਾ ਛੋਟਾ ਰਣਵੀਰ ਸਿੰਘ ਕਹਿੰਦਾ ਵੀ ਉਹ ਕਾਕਾ ਤੂੰ ਇੰਨੀ ਉਮਰ ਦਾ ਕਿੱਦਾਂ ਥਾਣੇਦਾਰ ਬਣ ਗਿਆ ਉਹ ਕਹਿੰਦੇ ਜੀ ਤੁਹਾਡੀ ਮਿਹਰਬਾਨੀ ਆ ਮੇਰੇ ਪਿਤਾ ਜੀ ਦੇ ਗੋਲੀ ਲੱਗ ਗਈ ਤਾਂ ਮੈਨੂੰ ਥਾਣੇਦਾਰ ਬਣਾ ਦਿੱਤਾ ਨੌਕਰੀ ਦੇ ਦਿੱਤੀ ਗੌਰਮੈਂਟ ਇਸ ਕਰਕੇ ਉਹ ਵੀ ਫਿਰ ਮਾਰਨਾ ਪਿਆ ਮਜਬੂਰੀ ਸੀ ਉਹ ਕਾਰਨ ਸੀ ਉਹਦਾ ਸਾਈਕਲ ਜਿਹੜਾ ਸਾਈਕਲ ਚੇਂਜ ਕੀਤਾ ਆਪਣਾ ਰਾਜਗੁਰੂ ਸੁਖਦੇਵ ਸੀਗੇ ਸਾਰੇ ਬਹੁਤ ਵਧੀਆ ਤਾਂ ਇਹਦਾ ਅਸੀਂ ਨਾ ਜਦੋਂ 22-23 ਮਾਰਚ ਹੁੰਦਾ ਸੀਗਾ ਸਾਰੇ ਭਰਾਵਾਂ ਨੇ ਇਕੱਠੇ ਹੋ ਜਾਣਾ ਬੇਬੇ ਜੀ ਦੇ ਘਰ ਉੱਥੇ ਘਰ ਅਸੀਂ ਵੀ ਉਹਨਾਂ ਦੀ ਸੇਵਾ ਕਰਨੀ ਪਾਣੀ ਧਾਣੀ ਰੋਟੀ ਪਾਣੀ ਅਸੀਂ ਖਵਾਉਣਾ ਵਿੱਚੇ ਗੱਲਾਂ ਸੁਣੀ ਜਾਣੀਆਂ ਰਾਤ ਦੇ 12-1 ਵਜੇ 'ਤੇ ਬੈਠੇ ਰਹਿਣਾ ਅੱਡੇ ਅੱਡੇ ਪਾਵੇ ਮੰਜਿਆਂ ਹੁੰਦੇ ਸੀ ਚੌਂ ਭਰਾਵਾਂ ਨੇ ਦੁਆ ਕਾਫੀ ਰੌਣਕ ਰਹਿੰਦੀ ਸੀ ਰੌਣਕ ਕਿਆ ਕਿੰਨੇ ਕਿੰਨੇ ਦਿਨ ਦਾ ਇੱਥੇ ਉਹਨੇ ਰਹਿਣਾ ਰਹਿ ਕੇ ਜਾਣਾ ਬੇਬੇ ਜੀ ਦੇ ਕੋਲ ਤਾਂ ਰੌਣਕ ਮੇਲਾ ਲੱਗਾ ਰਹਿੰਦਾ ਹੁੰਦਾ ਸੀਗਾ ਅੱਧੇ ਅੱਧੀ ਰਾਤ ਦੀ ਗੱਲਾਂ 1-1 ਵਜੇ ਤੇ ਗੱਲਾਂ ਕਰੀ ਜਾਣੀਆਂ ਸਰਦਾਰ ਭਗਤ ਸਿੰਘ ਹੁਣੀ ਖੜਕੜ ਕਲਾਂ ਕਿੰਨੀ ਵਾਰ ਆਏ ਤੇ ਕਿੰਨੀ ਕੁ ਜ਼ਮੀਨ ਸੀ ਉਹਨਾਂ ਦੇ ਫਾਦਰ ਜਿਹੜੀ ਇੱਥੇ ਜ਼ਮੀਨ ਪਾਉਂਦੇ ਸੀ ਕਿੰਨੀ ਕੁ ਖੇਤੀਬਾੜੀ ਸੀ ਕਿਤੇ ਭਗਤ ਸਿੰਘ ਹੁਣੀ ਕਿੰਨੀ ਵਾਰ ਇਸ ਪਿੰਡ ਵਿੱਚ ਆਏ ਆ ਉਹਨਾਂ ਦੀ ਜ਼ਮੀਨ 30-32 ਏਕੜ ਜ਼ਮੀਨ ਇੱਥੇ ਸੀ ਪਿੰਡ ਫਿਰ ਲਾਲਪੁਰ ਲੈ ਲਈ ਜਾ ਕੇ ਉਹਨੀ ਉਹ ਛੁੱਟੀਆਂ 'ਚ ਆਉਂਦੇ ਹੁੰਦੇ ਸੀ ਮੇਰਾ ਮੇਰੇ ਪਿਤਾ ਜੀ ਦੱਸਦੇ ਆ ਵੀ ਜਦੋਂ ਅੰਬ ਚੁੱਪਣ ਆਉਣਾ ਬਰਸਾਤਾਂ 'ਚ ਛੁੱਟੀਆਂ ਹੁੰਦੀਆਂ ਸੀ ਹਾਂ ਜਦੋਂ ਉਹਨੀ ਆਉਣਾ ਤਾਂ ਭਗਤ ਸਿੰਘ ਦੇ ਬਾਬੇ ਨੇ ਅਰਜਨ ਸਿੰਘ ਨੇ ਨਾਲ ਦੋਨੋਂ ਫੜੇ ਹੁੰਦੇ ਸੀ ਭਗਤ ਸਿੰਘ ਜਗ ਸਿੰਘ ਉਹ ਕਹਿੰਦੇ ਵੀ ਮੈਂ ਦੋ ਮੁੰਡੇ ਦਾ ਦੇਸ਼ ਲਈ ਲਾਤੇ ਆ ਹੁਣ ਮੈਂ ਪੋਤੇ ਪਾਲਦਾ ਇਹ ਛੋਟੇ ਹੁੰਦੇ ਆਉਂਦੇ ਰਹੇ ਆ ਵੱਡਾ ਹੋ ਕੇ ਜਦੋਂ ਵੱਡਾ ਹੋ ਗਿਆ ਨਾ ਫਿਰ ਤਾਂ ਉਹ ਪਾਰਟੀ ਕਾਲਜ ਪੜ੍ਹਨ ਲੱਗਾ ਫਿਰ ਲਹਿਰ 'ਚ ਰਹੇ ਆ ਫਿਰ ਤਾਂ ਉੱਥੋਂ ਲਾਹੌਰ ਤੋਂ ਇੱਧਰ ਉੱਧਰ ਉੱਧਰ ਚਲ ਗਿਆ ਜਦੋਂ ਛੋਟੇ ਹੁੰਦੇ ਸੀ ਫਿਰ ਉਹ ਆਪਣੇ ਘਰ ਆਉਂਦੇ ਸੀ ਘਰ ਆਉਂਦੇ 12-13 ਸਾਲ ਦੀ ਉਮਰ ਤੱਕ ਇੱਥੇ ਆਏ ਜਦੋਂ ਹਾਂ ਇੱਥੇ ਆਉਂਦੇ ਰਹੇ ਆ ਅੰਮ੍ਰਿਤਸਰ ਤੋਂ ਹਾਂਜੀ ਦਰਵਾ ਉੱਥੋਂ ਜਿਹੜੇ ਜਲਿਆਂਵਾਲਾ ਕਾਂਡ ਮੇਰੇ ਫਾਦਰ ਦੇ ਬਹੁਤ ਦੋਸਤ ਹੁੰਦੇ ਸੀ ਅੱਛਾ ਅੱਛਾ ਹਾਂ ਕਿਉਂਕਿ ਉਹਨਾਂ ਦੇ ਘਰ ਦੇ ਨਿਕਲਦੇ ਹਨ ਸਾਡੀ ਇੱਕ ਹਵੇਲੀ ਹੁੰਦੀ ਸੀ ਉੱਥੇ ਪਸ਼ੂ ਬਾਅਦ ਉਹਨੇ ਆ ਕੇ ਇੱਥੇ ਬਹਿ ਜਾਣਾ ਖੇਡਣ ਲੱਗ ਪੈਣਾ ਇਕੱਠੇ ਹੀ ਖੇਡ ਇੱਕੋ ਉਮਰ ਦੇ ਸੀਗੇ ਤਾਂ ਇਸ ਕਰਕੇ ਛੋਟੇ ਹੁੰਦੇ ਤਾਂ ਆਉਂਦੇ ਰਹੇ ਕਾਫੀ ਫਿਰ ਵੱਡੇ ਹੋਏ ਜਦੋਂ ਵੱਡੇ ਪੜ੍ਹਨ ਲੱਗ ਪਏ ਕਾਲਜ ਵਿੱਚ ਨਾ ਫਿਰ ਤਾਂ ਪਾਰਟੀ ਚ ਉਹ ਵੀ ਜਦੋਂ ਫਿਰ ਦੇਸ਼ ਜਹਾਜ਼ ਗਰਾਉਂਡ ਦੇ ਲਈ ਮੂਵਮੈਂਟ ਭੱਜੇ ਰਹੇ ਫਿਰ ਲਾਹੌਰ ਹੀ ਰਹੇ ਕਦੇ ਕਿਤੇ ਕਦੇ ਕਿਤੇ ਲਾਹੌਰ ਤੋਂ ਫਿਰ ਛੱਡ ਕੇ ਕਾਨਪੁਰ ਚਲੇ ਗਏ ਕਾਨਪੁਰ ਕਾਫੀ ਉਹਨੇ ਕੰਮ ਕੀਤਾ ਫਿਰ ਉਹਨਾਂ ਨੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਪਾਰਟੀ ਇਹ ਪਾਰਟੀ ਬਣ ਗਈ ਇਹਨਾਂ ਦੀ ਇਹ ਕਾਫੀ ਬੰਦੇ ਸੀ ਇਹਨਾਂ ਦੇ ਨਾਲ ਰਲਿਓ ਇੱਕ ਮੁਸਲਮਾਨ ਵੀ ਸੀਗੇ ਸਵਾਲ ਇਹ ਆ ਵੀ ਕਈ ਲੋਕ ਕਹਿੰਦੇ ਹੁੰਦੇ ਸੀ ਭਗਤ ਸਿੰਘ ਨਾਸਤਿਕ ਹੈ ਭਗਤ ਸਿੰਘ ਰੱਬ ਨੂੰ ਨਹੀਂ ਮੰਨਦਾ ਭਗਤ ਸਿੰਘ ਸਰਦਾਰ ਨਹੀਂ ਹੈਗਾ ਇੱਕ ਇੱਦਾਂ ਦੀ ਕਈ ਵਾਰੀ ਇੱਦਾਂ ਦੀ ਫੋਟੋਆਂ ਨੂੰ ਲੈ ਕੇ ਵੀ ਇਹ ਜੇ ਪਗੜੀ ਨਹੀਂ ਹੈਗੀ ਇਹ ਮੁੰਨਾ ਆ ਇਹ ਕਦੇ ਬਾਲ ਕੱਟ ਲੈਂਦੇ ਆਪਣੇ ਕਤਲ ਕਰਾ ਲੈਂਦੇ ਆ ਇਹ ਕੀ ਇਹਦੇ ਵਿੱਚ ਕੀ ਬੀਬੀ ਅਮਰ ਕੌਰ ਦੱਸਦੀ ਆ ਜੀ ਕਹਿੰਦੀ ਬਾਬਾ ਜੀ ਨੇ ਸਾਨੂੰ ਕਹਿਣਾ ਭਈ ਪਾਠ ਕਰੋ ਅਰਦਾਸ ਕਰੋ ਜੀ ਕਹਿ ਬੀਬੀ ਅਮਰ ਕੌਰ ਕਹਿੰਦੀ ਮੈਂ ਤਾਂ ਭਗਤ ਸਿੰਘ ਨੇ ਦੋਨਾਂ ਨੇ ਅਸੀਂ ਪਾਠ ਕਰਨਾ ਬਾਅਦ ਵਿੱਚ ਅਰਦਾਸ ਕਰਨੀ ਤਾਂ ਅਸੀਂ ਛੋਟੇ ਹੁੰਦੇ ਇਹ ਕਰਦੇ ਰਹੇ ਹਾਂ ਨਾਸਤਿਕ ਤਾਂ ਜਦੋਂ ਉਹਨੇ ਦੇਖਿਆ ਨਾ ਵੀ ਆਹ ਜਿਹੜੇ ਗਰੀਬ ਲੋਕ ਕਹਿੰਦੇ ਆ ਕਾਢੇ ਕੀੜੀਆਂ ਵਾਂਗਰ ਮਸਲਦੇ ਆ ਉਦੋਂ ਨਾਸਤਿਕ ਬਣਿਆ ਉਹ ਕਹਿੰਦਾ ਜੇ ਰੱਬ ਹੋਵੇ ਇਹਨਾਂ ਲੋਕਾਂ ਨੂੰ ਕਾਹਤੇ ਨਾ ਉੱਤੇ ਚੱਕੇ ਬਿਲਕੁਲ ਉਹ ਜਾਤ ਪਾਤ ਦੇ ਬਿਲਕੁਲ ਉਲਟ ਸੀਗਾ ਮਤਲਬ ਉਹਨਾਂ ਦਾ ਗਰੀਬਾਂ ਨੂੰ ਉਹ ਗਰੀਬਾਂ ਨੂੰ ਚਾਹੁੰਦਾ ਸੀਗਾ ਵੀ ਥੋੜ੍ਹਾ ਉੱਤੇ ਉਠਾਵਾਂ ਤਾਂ ਭਗਤ ਸਿੰਘ ਜਿਹੜਾ ਸੀਗਾ ਨਾ ਨਾਸਤਿਕ ਤਾਂ ਬਣਿਆ ਤਾਂ ਉਹ ਬਹੁਤ ਉਹਨੂੰ ਜਿਹੜੇ ਗਰੀਬ ਸੀ ਉਹਨਾਂ ਦਾ ਅੱਤਿਆਚਾਰ ਬਹੁਤ ਹੁੰਦਾ ਸੀ ਉਸ ਵੇਲੇ ਜੇਲ੍ਹਾਂ 'ਚ ਛੱਡਣਾ ਕੀੜਿਆਂ ਕਾਢਿਆ ਕੀੜਿਆਂ ਰੱਖਣਾ ਇਸ ਕਰਕੇ ਉਹਨਾਂ 'ਤੇ ਬਹੁਤ ਪ੍ਰਭਾਵ ਹੋਇਆ ਕਈ ਵਾਰ ਉਹਨਾਂ ਦੀ ਟੋਪੀ ਵਾਲੇ 'ਤੇ ਵਿਵਾਦ ਆ ਜਾਂਦਾ ਆ ਕਦੇ ਕਹਿੰਦੇ ਪਗੜੀ ਧਾਰੀ ਨਹੀਂ ਹੈਗਾ ਕਦੇ ਕਹਿੰਦੇ ਮੋਨਾ ਆ ਇਹ ਸਵਾਲ ਕਿੱਦਾਂ ਖੜੇ ਹੁੰਦੇ ਰਹੇ ਆ ਟੋਪੀ ਵਾਲੀ ਜਿਹੜੀ ਨਾ ਜੇਲ੍ਹ ਦੀ ਫੋਟੋ ਆ ਸਦਾ ਪੱਗ ਕੇਸ ਖੁੱਲ੍ਹੇ ਆ ਜੀ ਉਹ ਦੁਸਹਿਰੇ ਦੇ ਵਿੱਚ ਬੰਬ ਚੱਲਿਆ ਜੀ ਜਾਂ ਬੰਬ ਚੱਲਿਆ ਭਗਤ ਸਿੰਘ ਦੇ ਨਾਂ ਲਾ ਕੇ ਉਹਨੂੰ ਫੜ ਲਿਆ ਉਹ ਤਹਿਸੀਲਦਾਰ ਦਾ ਬੈਠਾ ਸਾਈਡ 'ਤੇ ਬਿਆਨ ਲੈਂਦਾ ਉਹਨਾਂ ਦੇ
बयान लैके तो भगत सिंह का सैड तो सी आई डी वाले ने फोटो खिंची आ। अच्छा जी। और तहसीलदार की तो भगत सिंह की सैड तो फोटो खिंच के तो वह भगत सिंह ने नसी बंब चलाया, लेकिन नौ ये पा के जेल नौ ये पाता जेल भेजे। हाँ, तो फिर वो जब नौ ये पाता जदों भगत सिंह फांसी हो गई ना बाद में, वह सी आई डी वाले ने बीबी अमर कौर ने फोटो दिती, फोटो दिती भी मैं सी आई डी, मैं सी आई डी करता रहा भी मैं हूँ छड़ दी, क्योंकि तो आ फोटो मैं खिंची हुई फोटो सारी उसकी भैन जी ने फड़ाई, भैन जी बीबी अमर कौर ने दी। अच्छा असल सर, तुसी जिवें दस्से सारा दस्से कि उन्हां दी माता माता विद्यावती मा बीबी जी जिहड़े सी, तुहाडा किदां दा नेड़ता रही है, तुहाडे परिवार का की साथ रहा है, की सेवा तुहानू मौका कहिंदे कि तुसी उन्हां दी गड्डी भी चलाई, ये भी सुनने आया कि जदों उन्होंने पहली बार गड्डी ली तो तुसी बीइंग ड्राइवर भी उन्होंने नाल सेवा निभाई है। मैं ना मैनू शौक हुंदा सीगा जी गड्डी चलाउण दा, तां जदों ज्ञानी जैल सिंह ने पंजाब माता का खिताब दिता ना उदों नवी अंबैसडर गड्डी दिती पंजाब माता दे नाम ते, तां उह बेबे जी कहिंदे बलवीर तूं गड्डी चला है, वह मैं गड्डी चलाई, बेबे जी बीमार हो गए चंडीगढ़ लै गया पी जी आई, तो ज्ञानी जी रात को आए 12-1 बजे, बेबे जी गड्डी मेरे खड़ी कर दिया करो, चोरी बहुत होंदी आ। अच्छा। मैं फिर मैं जाना गड्डी शाम को खड़ी कर देनी, तो ज्ञानी जैल सिंह की कोठी जिथे उन्हें मुख्यमंत्री सी ना, तो उत्थे खड़ी करके रक्षे च बह के पी जी आई आ जाना, पी जी आई मैं तो बीबी अमर कौर दोनों होंगे सके रात को, फिर रात को कदे दरबार सिंह आ गया खबर लैन, कदे कोई आ गया, जेहड़े बड़े बड़े लीडर से ना रात को आते होंगे, रात को आना नाल सिक्योरिटी वगैरह नसी लियांदे अपना परिवार लैके आते, फैमिली दे नाल आना उन्हें। तो फिर ज्ञानी जैल सिंह ने बेबे जी थानू मिलन बहुत आते आ इस करके रोटी मेरे आया करूगी, दो टिफिन एडे एडे बड़े बड़े रख के ना रोटियां भर के ज्ञानी जी की कुड़िया ने, एक डॉक्टर सी एक डॉक्टरी पढ़ती सी, उन्होंने रोटी रोटी बना के नौकरा ने दो टिफिन मैनू दे देने, मैं गड्डी रख के सवेर नूं लै आने रख जाना इत्थे लै, जे कोई बेबे जी नूं मिलना रोटी खा लो, मिलन बहुत आते, मतलब मिलापट सुहादे सीगे। हाँ। हर एक ना प्यार मुहब्बत छोटे नूं बच्चियां वाला प्यार। हाँ, हर एक तरह का प्यार, माँ जिहड़ी उन्हां दी माता विद्यावती जी बेबी जी जिहनूं सत्कार नाल कहिंदे सी, बड़ा मोह सीगा लोकां दा। हाँ जी, हाँ जी, जदों किने मिलण आउणा मैनूं कहणा बलवीर जा इहनां नूं पंजौर गार्डन लै जा। अच्छा जी। मैं बेबे जी नूं भी बिठा लैणा गड्डी 'च पंजौर गार्डन लै जाणा, बीबी अमर कौर नाल होणा सारा, जदों इन्हीं जाणा पंजौर गार्डन उत्थे फुल फल बहुत हुंदे सी उत्थे घुमा के लियाउणा, फिर जब मिलन आना किसी ने कोई बंदा लै बलवीर पंजाब गार्डन दिखा दे, मतलब हर एक बड़े प्यार घुमा लो, मतलब उन्होंने किसी चीज की इदा दी नहीं होंगे। मैं जी गड्डी चलाई आ, मैं पैसा नहीं बेबे जी ते लेंदे, 250 रुपया तो पेंशन आउंदी सी, छोटी पेंशन गवर्नमेंट ने 250 रुपया पेंशन, पहला 250 रुपया पेंशन सी, जदों ज्ञानी जी ने गड्डी दीती 1000 रुपया पेंशन कर दी गवर्नमेंट ने, ਜਿਹੜੀਆਂ ਚਾਚੀਆਂ ਸੀਆਂ ਇਹਨਾਂ ਨੂੰ 150 ਰੁਪਈਆ ਪੈਨਸ਼ਨ ਸੀ, ਦੋਨਾਂ ਚਾਚੀਆਂ ਡੇਢ ਸੌ ਰੁਪਈਆ ਪੈਨਸ਼ਨ ਸੀ, ਇੰਨੀ ਕੋਈ ਗੌਰਮੈਂਟ ਨਹੀਂ ਲਾਈ। ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਪਿਤਾ ਜਿਹੜੇ ਸਰਦਾਰ ਕਿਸ਼ਨ ਸਿੰਘ ਸੀ ਉਹ ਇੱਥੇ ਰਹੇ, ਉਹਨਾਂ ਦੀ ਮੌਤ ਕਿੱਦਾਂ ਹੋਈ ਹੈ, ਸੁਣਿਆ ਵੀ ਅਸੀਂ ਪਿੰਡ ਦੇ ਵਿੱਚ ਉਹਨਾਂ ਦੇ ਅੰਤਿਮ ਜਿਹੜੇ ਸਾਹ ਨਿਕਲੇ ਸੀਗੇ? ਜਦੋਂ ਸਰਦਾਰ ਕਿਸ਼ਨ ਸਿੰਘ ਆਜ਼ਾਦੀ ਤੋਂ ਪਹਿਲਾਂ ਇਹਦੇ ਜਲੰਧਰ ਤੋਂ ਖੜ੍ਹੇ ਹੋਏ MLA ਲਈ। ਅੱਛਾ ਜੀ। ਉਦੋਂ ਇਹਨਾਂ ਕੋਲ ਗੱਡੀ ਹੁੰਦੀ ਸੀ ਤਾਂ ਗੱਡੀ ਦੇ ਵਿੱਚ ਇਲੈਕਸ਼ਨ ਲੜਿਆ ਨਹੀਂ, MLA ਬਣ ਗਿਆ ਆਜ਼ਾਦੀ ਤੋਂ ਪਹਿਲਾਂ। ਅੱਛਾ, ਮਤਲਬ ਸਰਦਾਰ ਭਗਤ ਸਿੰਘ ਦੇ ਪਿਤਾ MLA ਰਹੇ ਆ, MLA ਵੀ ਰਹੇ ਆ ਆਜ਼ਾਦੀ ਤੋਂ ਪਹਿਲਾਂ। ਓਕੇ। ਗੋਰਿਆਂ ਦੇ ਟਾਈਮ, ਦੇ ਹਾਂ MLA ਵੀ ਰਹੇ ਆ। ਕਿਹੜੀ ਪਾਰਟੀ ਵੱਲੋਂ ਰਹੇ ਆ ਕੁਝ ਪਤਾ? ਕਾਂਗਰਸ, ਕਾਂਗਰਸ ਪਾਰਟੀ ਵੱਲੋਂ, ਜਿਹੜਾ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ। ਅੱਛਾ ਜੀ, ਸਰਦਾਰ ਕਿਸ਼ਨ ਸਿੰਘ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਸੀ ਤੇ ਉਹਨਾਂ ਨੇ ਜਿਹੜੀ ਆ ਇਲੈਕਸ਼ਨ ਵੀ ਲੜੀ ਔਰ ਜਿੱਤੇ ਵੀ ਜਲੰਧਰ ਤੋਂ। ਹਾਂ ਜੀ, ਜਲੰਧਰ, ਕਿਉਂਕਿ ਸਾਡਾ ਜ਼ਿਲ੍ਹਾ ਉਸ ਵੇਲੇ ਜਲੰਧਰ ਹੀ ਸੀਗਾ। ਹਾਂ ਜੀ, ਹਾਂ ਜੀ ਜੀ, ਜਲੰਧਰ ਹੀ ਸੀ ਹੁਣ ਆਪਣਾ, ਹੁਣ ਤੇ ਭਗਤ ਸਿੰਘ ਉਹਨਾਂ ਦੇ ਨਾਂ ਤੇ ਬਣਿਆ। ਹਾਂ ਜੀ, ਤਾਂ ਪਹਿਲਾਂ ਜਲੰਧਰ ਹੀ ਸੀ। ਜੀ ਜੀ ਜੀ, ਬਿਲਕੁਲ। ਤਾਂ ਉਹਨਾਂ ਨੇ ਜਦੋਂ ਇੱਥੇ ਗਰਮੀਆਂ ਹੁੰਦੀਆਂ ਸੀ ਨਾ, ਕਣਕ ਵੱਢਦੇ ਸੀ ਇਹਨਾਂ ਦੇ ਪਿੰਡ ਦੇ ਇਸ ਪਾਸੇ ਲਹਿੰਦੇ ਪਾਸੇ ਖੇਤ ਸੀਗੇ, ਇੱਦਾਂ ਬੰਨੇ 'ਤੇ ਬੈਠੇ ਆ, ਤਾਂ ਜਿਹੜਾ ਉਹਨਾਂ ਦਿਨਾਂ ਦੇ ਮੱਛਕਾਂ ਦੇ ਨਾਲ ਪਾਣੀ ਹੁੰਦਾ, ਪਾਣੀ ਪਿਲਾਉਂਦੇ ਸੀ। ਉਹ ਜਿਹੜਾ ਖਾਲਸਾ ਨਾਂ ਨਸੀਬ ਸਿੰਘ ਸੀਗਾ, ਇਸੇ ਪਿੰਡ ਦਾ, ਉਹ ਪਾਣੀ ਪਿਲਾਉਣ ਗਿਆ ਸੀਗਾ। ਅੱਛਾ। ਪਾਣੀ ਸਾਰਿਆਂ ਨੂੰ ਪਿਲਾ ਕੇ ਆ ਕੇ ਬਾਬਾ ਜੀ ਦੇ ਕੋਲ ਬਹਿ ਗਿਆ ਜੀ।
ਬਾਬਾ ਜੀ ਦੇ ਕੋਲ ਬਹਿ ਕੇ ਪਾਣੀ ਪੂਣੀ ਉਹਨਾਂ ਨੂੰ ਵੀ ਪਿਲਾਇਆ। ਉਹ ਪਤਾ ਨਹੀਂ ਕਿੱਦਾਂ ਉਹਨਾਂ ਨੂੰ ਅਟੈਕ ਹੋ ਗਿਆ। ਅੱਛਾ, ਉੱਥੇ ਉੱਥੇ ਬੈਠ ਬੰਨੇ ਦੇ ਬੈਠੇ ਸੁਣਨ ਵਿੱਚ ਆਇਆ ਕਿ ਕਣਕ ਦੀ ਖੇਤੀ ਵੱਢ ਰਹੇ ਸੀ, ਕਣਕ ਭਰੀਆਂ ਬੰਨ ਰਹੇ ਸੀਗੇ, ਕਣਕ ਦਾ ਲੇਬਰ ਵੱਢਦੀ ਸੀ ਜੀ ਜੀ ਆਪ ਉੱਥੇ ਸੀਗੇ। ਉਹ ਬੈਠੇ ਸੀਗੇ, ਭਰੀਆਂ ਗਿਣਨ ਗਏ ਸੀ, ਭਰੀਆਂ ਗਿਣਦੇ ਕਹਿੰਦੇ ਇੱਥੇ ਬੰਨੇ ਤੇ ਬਹਿ ਗਏ, ਉੱਥੇ ਅਟੈਕ ਹੋ ਗਰਮੀ ਚ ਅਟੈਕ ਪਿਆ, ਉੱਥੇ ਅਟੈਕ ਹੋ ਗਿਆ। ਤਾਂ ਉੱਥੇ ਉਹ ਜਿਹੜਾ ਪਾਣੀ ਪਿਲਾਉਂਦਾ ਸੀ ਨਾ ਉਹਦੇ ਪੱਟਾ ਜੀ ਡੇ ਪੱਟਾ ਜੀ ਪੱਟਾ ਡੇ ਪਿਆ, ਉੱਥੇ ਪੁਗੇ ਹੋ ਗਿਆ। ਕਿੱਦਾਂ ਦਾ ਸੁਭਾਅ ਸੀ, ਕਦੇ ਉਹਨਾਂ ਨਾਲ ਵੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ? ਸਰਦਾਰ ਮੈਂ ਉਦੋਂ ਬਹੁਤ ਛੋਟਾ ਸਾ, ਜਦੋਂ ਸ਼ਹੀਦ ਭਗਤ ਸਿੰਘ ਦਾ ਬਾਪ ਮੈਂ ਦੇਖਿਆ ਨਾ ਉਦੋਂ ਮੈਂ ਬਹੁਤ ਛੋਟਾ ਸਾ, ਚਾਦਰਾ ਲਾਇਆ ਹੁੰਦਾ ਸੀ ਉਹਨਾਂ ਨੇ, ਕਿਤੇ ਸਰੀਰ ਭਾਰਾ ਹੁੰਦਾ ਸੀਗਾ, ਇੱਕ ਲੱਤ ਤੋਂ ਲਗਾ ਕੇ ਥੋੜੇ ਜਿਹਾ ਤੁਰਦੇ ਸੀਗੇ, ਮੁੰਡਾ ਫੜਿਆ ਹੁੰਦਾ ਸਾ ਪੂਰਾ, ਕਿਉਂਕਿ ਜਵਾਨ ਬਹੁਤ ਸੀ, ਜਵਾਨ ਸੀ, ਫੈਮਿਲੀ ਸਾਰੀ ਜਵਾਨ ਸੀ। ਇਹ ਤਾਂ ਮੈਂ ਛੋਟਾ ਜਿਹਾ ਸੀ ਉਦੋਂ, ਛੋਟੇ ਸੀ, ਛੋਟਾ ਜਿਹਾ, ਪੂਰੀਆਂ ਗੱਲਾਂ ਦਾ ਬੇਬੇ ਜੀ ਤਾਂ ਹੁਣ ਸਾਡੇ ਨਾਲ, ਬੇਬੇ ਜੀ ਦੇ ਕੋਲ ਹੀ ਰਹਿੰਦੇ ਸੀ ਅਸੀਂ, ਪਹਿਲਾਂ ਬੇਬੇ ਜੀ ਤੋਂ ਚਲੇ ਗਏ, ਉਸ ਤੋਂ ਬਾਅਦ ਬੇਬੇ ਜੀ ਇਕੱਲੇ ਰਹੇ, ਪਹਿਲਾਂ ਚਲੇ ਗਿਆ, ਪਹਿਲਾਂ ਚਲੇ ਗਿਆ। ਤਾਂ ਜਿਹੜਾ ਇਹਨਾਂ ਦਾ ਜੱਦੀ ਘਰ ਹੈ ਹੁਣ ਪੁਰਾਣਾ, ਜਿਹਨੂੰ ਵਿਰਾਸਤ ਪੰਜਾਬੀ ਪੰਜਾਬ ਸਰਕਾਰਾਂ ਨੇ ਵੀ ਸੰਭਾਲਿਆ, ਉੱਥੇ ਇਸ ਵੇਲੇ ਕੀ ਭਗਤ ਸਿੰਘ ਹੁਣਾਂ ਦੀਆਂ ਯਾਦਾਂ, ਉਹਨਾਂ ਦੀ ਮਾਤਾ ਜੀ ਦੀਆਂ, ਮਾਤਾ ਅਮਰ ਕੌਰ, ਆਪਣਾ ਅਮਰ ਕੌਰ ਜੀ ਦੀਆਂ, ਮਾਤਾ ਵਿਦਿਆਵਤੀ ਦੀਆਂ, ਕਿਹੜੀਆਂ ਯਾਦਾਂ ਇਸ ਵੇਲੇ ਜਿਹੜੀਆਂ ਪਈਆਂ ਨੇ ਜਿਹਨੂੰ ਲੋਕ ਦੇਖਣ ਐਡੀ ਦੂਰ ਤੋਂ ਆਉਂਦੇ ਨੇ? ਉਹ ਯਾਦਾਂ ਤਾਂ ਜੀ ਹੁਣ ਜਿਹੜਾ ਪੁਰਾਣੇ ਆਪਣੇ ਮੰਜੇ ਆ, ਜਾਣੀ ਬਰਤਨ ਭਾਂਡੇ ਵਗੈਰਾ, ਦਾਜ ਦਾ ਸਮਾਨ ਵੀ ਕਹਿੰਦੇ ਪਿਆ, ਜੋ ਦਾਜ ਮਿਲਿਆ ਸੀ ਉਹਨਾਂ ਦਾ ਪਿੰਡ ਮੁਰਾਂ ਵਾਲੀ ਤੋਂ, ਜਿਹੜਾ ਦਾਜ ਮਿਲਿਆ ਸੀ ਉਹਨਾਂ ਨੂੰ, ਉਹ ਕਹਿੰਦੇ ਹਾਲੇ ਤੱਕ ਉੱਥੇ ਪਿਆ। ਦੇਖੋ ਉਹ ਤਾਂ ਸਮਾਨ ਹੈਗਾ, ਥੋੜ੍ਹਾ ਬਹੁਤ ਹੈਗਾ। ਤਾਂ ਬੇਬੇ ਜੀ ਦਾ ਬਿਲਕੁਲ ਸਾਦੇ ਸੁਭਾਅ ਦੇ ਸੀ। ਜਦੋਂ ਗਿਆਨੀ ਜੀ ਨੇ ਆਉਣਾ, ਇੱਕ ਲੱਕੜੀ ਦੀ ਕੁਰਸੀ ਹੁੰਦੀ ਸੀ, ਉਹ 'ਤੇ ਆ ਕੇ ਬੇਬੇ ਜੀ ਮੈਂ ਵੀ ਤੁਹਾਡਾ ਮੁੰਡਾ ਆ। ਮਤਲਬ ਕਦੇ ਇੱਥੇ ਪਿੰਡ ਵਿੱਚ ਵੀ ਆਏ ਗਿਆਨੀ ਜੈਲ ਸਿੰਘ ਉਹਨਾਂ ਨੂੰ ਮਿਲਣ? ਜਿਹੜੇ ਪੰਜਾਬ ਗਿਆਨੀ ਜੈਲ ਸਿੰਘ ਤਾਂ ਆਉਂਦਾ ਹੀ ਰਹਿੰਦੇ ਸੀ, ਜਦੋਂ ਮੁੱਖ ਮੰਤਰੀ ਸੀ, ਮੁੱਖ ਮੰਤਰੀ ਸੀ ਪੰਜਾਬ ਦੇ, ਤਾਂ ਉਹ ਇਹੀ ਗੱਲ ਕਹਿੰਦਾ ਸੀਗਾ ਵੀ ਮੈਨੂੰ ਤੁਹਾਡਾ ਪੰਜਵਾਂ ਮੁੰਡਾ ਮੈਂ ਆ ਗਿਆਨੀ ਜੈਲ ਸਿੰਘ। ਅੱਛਾ ਜੀ। ਜਦੋਂ ਮੋਗੇ ਗੋਲੀ ਚੱਲੀ ਆ ਮੁੰਡਿਆਂ ਦੇ ਉੱਤੇ ਨਾ, ਪੰਜ ਛੇ ਮੁੰਡੇ ਮਰ ਗਏ, ਫਿਰ ਬੇਬੇ ਜੀ ਨੇ ਕਿਹਾ ਗਿਆਨੀ ਤੈਨੂੰ ਗਾਹਾਂ ਉਹਨਾਂ ਮੁੰਡਿਆਂ ਦਾ ਕੀ ਕੀਤਾ, ਤੈਂ ਉਹਨਾਂ ਦਾ ਕੀ ਕੀਤਾ ਗਾਹਾਂ ਇਲੈਕਸ਼ਨ ਵਾ? ਹਾਂਜੀ ਹਾਂਜੀ। ਤਾਂ ਬੇਬੇ ਜੀ ਨੇ ਸਿੱਧਾ ਗਿਆਨੀ ਨੂੰ ਕਿਹਾ ਉਹਨਾਂ ਮੁੰਡਿਆਂ ਦਾ ਤੈਂ ਕੀ ਕੀਤਾ, ਪੰਜ ਛੇ ਮਰ ਗਏ ਜਿਹੜੇ 96 ਦੇ ਵਿੱਚ ਉਦੋਂ ਬਲਾਸਟ ਹੋਏ ਸੀ। ਹਾਂ, ਮੋਗੇ ਦੇ ਵਿੱਚ ਇੱਕ ਬਲਾਸਟ ਹੋਇਆ ਸੀ, ਇਹਦੇ ਵਿੱਚ ਪੰਜ ਛੇ ਮੁੰਡੇ ਮਰੇ ਸੀ। ਬੇਬੇ ਜੀ ਨੇ ਗਿਆਨੀ ਨੂੰ ਕਿਹਾ, ਅਸੀਂ ਉੱਥੇ ਬੈਠੇ ਸੀ, ਕਹਿੰਦੀ ਗਿਆਨੀ ਗਾਹਾਂ ਇਲੈਕਸ਼ਨ ਵਾ, ਮੁੰਡਿਆਂ ਦਾ ਕੀ ਕੀਤਾ ਤੈਂ? ਹਾਂ, ਇੱਦਾਂ ਬਿਲਕੁਲ ਸਾਦਾ ਜ਼ਿੰਦਗੀ ਉਹਨਾਂ ਨੇ ਪ੍ਰਤੀਤ ਕੀਤੀ। ਇੱਕ ਲੱਕੜੀ ਦੀ ਕੁਰਸੀ ਤੇ ਆ ਕੇ ਗਿਆਨੀ ਜੀ ਉਦੀ ਬਹਿ ਜਾਂਦੇ ਸੀ। ਮਤਲਬ ਬੜੀ ਨਮਰਤਾ ਦੇ ਵਾਲੇ ਸੀਗੇ ਪਰਿਵਾਰ ਦੇ। ਸਰਦਾਰ ਕਿਸ਼ਨ ਸਿੰਘ ਹੁਣੇ ਵੀ ਬੜਾ ਇੱਥੇ ਲਾਈਫ ਟਾਈਮ ਹੈ, ਸਰਦਾਰ ਅਜੀਤ ਸਿੰਘ ਨਾਲ ਉਹਨਾਂ ਨੇ, ਤੇ ਇਸੇ ਤਰ੍ਹਾਂ ਜਿਹੜੇ ਮਾਤਾ ਜਿਹਨੂੰ ਪੰਜਾਬ ਮਾਤਾ ਦਾ ਖਿਤਾਬ ਵੀ ਬਾਅਦ ਵਿੱਚ ਮਿਲਿਆ, ਗਿਆਨੀ ਜੀ ਨੇ, ਸਰਦਾਰ ਉਹਨਾਂ ਨੇ ਕੋਸ਼ਿਸ਼ ਕੀਤੀ, ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਨੇ ਪਹਿਲਾਂ, ਉਸ ਵੇਲੇ ਵੀ ਮੁੱਖ ਮੰਤਰੀ ਸੀਗੇ, ਤੇ ਉਹਨਾਂ ਨੇ ਜਿਹੜਾ ਮਾਤਾ ਵਿਦਿਆਵਤੀ ਨੂੰ ਪੰਜਾਬ ਮਾਤਾ ਦਾ ਖਿਤਾਬ ਵੀ ਦਵਾਇਆ, ਬੜਾ ਸਵਾਦ ਜਿਵੇਂ ਤੁਸੀਂ ਦੱਸਿਆ ਫੈਮਿਲੀ ਦਾ ਬੜਾ ਪਿਛੋਕੜ ਰਿਹਾ। 23.5 ਸਾਲ ਦੀ ਉਮਰ ਜਿਹੜੀ ਸੀ ਸ਼ਹੀਦ ਭਗਤ ਸਿੰਘ ਜੀ, 23 ਮਾਰਚ 1931 ਨੂੰ, ਹਾਂਜੀ, ਜਿਹਨਾਂ ਨੂੰ ਦੇਸ਼ ਗੋਰਿਆਂ ਨੇ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਹੈ, ਉਸ ਵੇਲੇ ਜਿਹੜੇ ਤੁਸੀਂ ਉਹ ਸੀ ਜਾਂ ਉਸ ਸਮੇਂ ਦਾ ਜਿਹੜਾ ਕਿੱਦਾਂ ਦਾ ਸੀ ਜਦੋਂ ਮਾਤਾ ਨੂੰ ਇੱਥੇ ਪਿੰਡ ਵਿੱਚ ਜਾਂ ਪਤਾ ਲੱਗਾ ਜਾਂ ਹੋਰ ਪਤਾ ਲੱਗਾ ਤੇ ਲੋਕਾਂ ਦੇ ਵਿੱਚ ਕਿੱਦਾਂ ਦਾ ਇੱਕ? ਉਦੋਂ ਨਾ ਲਾਹੌਰ ਦੇ ਵਿੱਚ ਜਦੋਂ ਭਗਤ ਸਿੰਘ ਨੂੰ ਫਾਂਸੀ ਹੋਣ ਲੱਗੀ ਨਾ, ਲੋਕ ਜੇਲ੍ਹ ਦੇ ਮੋਹਰੇ ਇਕੱਠੇ ਹੋਣ ਲੱਗ ਪਏ। ਗੋਰਿਆਂ ਨੂੰ ਪਤਾ ਲੱਗ ਗਿਆ ਵੀ ਜਨਤਾ ਬਹੁਤ ਇਕੱਠੀ ਹੋ ਗਈ ਆ, ਕਿਤੇ ਜੇਲ੍ਹ 'ਤੇ ਹਮਲਾ ਕਰਕੇ ਛੁਡਾ ਨਾ ਲੈ। ਅਗਰ ਮਹਾਤਮਾ ਗਾਂਧੀ ਕਹਿ ਦਿੰਦਾ ਵੀ ਇਹਨਾਂ ਮੁੰਡਿਆਂ ਨੂੰ ਛੱਡ ਦਿਓ, ਉਹਨੇ ਛੱਡ ਦੇਣੀ ਸੀ, ਪਰ ਮਹਾਤਮਾ ਗਾਂਧੀ ਨੇ ਚੁੱਪ ਧਾਰ ਲਈ, ਨਾ ਉਹਨੂੰ ਛੱਡਣ ਨੂੰ ਕਿਹਾ ਤਾਂ ਨਾ ਉਹਨੂੰ ਫਾਂਸੀ ਨੂੰ ਕਿਹਾ, ਉਹ ਚੁੱਪ ਧਾਰ ਲਈ, ਉਹ ਬੋਲੇ ਨਹੀਂ। ਅੰਗਰੇਜ਼ ਚਾਹੁੰਦੇ ਸੀ ਵੀ ਮਹਾਤਮਾ ਗਾਂਧੀ ਬੋਲੇ ਵੀ ਅਸੀਂ ਇਹਨਾਂ ਨੂੰ ਛੱਡ ਦਈਏ ਨੌਜਵਾਨਾਂ ਨੂੰ, ਲੇਕਿਨ ਮਹਾਤਮਾ ਗਾਂਧੀ ਨਹੀਂ ਬੋਲੇ, ਚੁੱਪੇ ਹੀ ਧਾਰ ਗਏ। ਤਾਂ ਉਹ ਇੰਨੀ ਜਨਤਾ ਇਕੱਠੀ ਹੋ ਗਈ ਜੇਲ੍ਹ ਦੇ ਮੋਹਰੇ, ਜਿਹੜੀ 24 ਤਰੀਕ ਨੂੰ ਫਾਂਸੀ ਦੇਣੀ ਸੀਗੀ ਨਾ, 23 ਤਰੀਕ ਨੂੰ ਸ਼ਾਮ ਨੂੰ 7 ਵਜੇ ਫਾਂਸੀ ਲਾ ਰਾਤ ਨੂੰ ਸ਼ਾਮ ਨੂੰ 7 ਵਜੇ ਫਾਂਸੀ ਲਾਤੀ, ਕਿਉਂਕਿ ਪਤਾ ਬਾਹਰ ਉਦੋਂ ਲੱਗਾ ਜਦੋਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲੱਗਣ ਲੱਗੇ ਨਾ, ਲੋਕਾਂ ਨੂੰ ਪਤਾ ਲੱਗ ਗਿਆ ਵੀ ਫਾਂਸੀ ਦੇਣ ਲੱਗੇ ਦੁਨੀਆ। ਇਹਨਾਂ ਦੇ ਪਰਿਵਾਰ ਦੇ ਵਿੱਚ ਜਦੋਂ ਸ਼ਹੀਦ ਭਗਤ ਸਿੰਘ ਦੀ ਫਾਂਸੀ ਦਾ ਐਲਾਨ ਹੋਇਆ, ਫਾਂਸੀ ਦਿੱਤੀ ਗਈ, ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ? ਇਹਨਾਂ ਦੇ ਭੈਣ ਜੀ ਸੀਗੇ ਜਾਂ ਇਹਨਾਂ ਦੇ ਮਾਤਾ ਜੀ ਸੀ? ਇਹਨਾਂ ਦੇ ਪਰਿਵਾਰ ਦੇ ਵਿੱਚ ਸਰਦਾਰ ਕਿਸ਼ਨ ਸਿੰਘ ਉਸ ਵੇਲੇ, ਬੀਬੀ ਅਮਰ ਕੌਰ, ਪੰਜਾਬ ਮਾਤਾ ਬੇਬੇ ਜੀ, ਸਾਰੇ ਜਿਉਂਦੇ ਸੀ, ਸਾਰੇ ਜਿਉਂਦੇ ਸੀ। ਅਜੀਤ ਸਿੰਘ ਤਾਂ, ਸਵੰਤ ਸਿੰਘ ਤਾਂ ਉਹ ਤਾਂ ਹੈ ਨਾ ਸੀ ਉਸ ਟਾਈਮ, ਉਹ ਤਾਂ
ਅਜੀਤ ਸਿੰਘ ਜਲਾਵਤਨ ਸੀ ਤਾਂ ਸਵਰਨ ਸਿੰਘ ਉਦਾਂ ਜੇਲ੍ਹ 'ਚ ਸ਼ਹੀਦ ਹੋਇਆ ਜੀ ਜੀ ਅਤੇ ਇਹ ਬਾਕੀ ਸਾਰੇ ਭਰਾ ਜਿਹੜੇ ਸੀਗੇ ਛੋਟੇ ਛੋਟੇ ਸੀਗੇ ਤਾਂ ਸਾਰੇ ਮੁਲਾਕਾਤ ਲਈ ਗਏ ਉਹਨੇ ਬੇਬੇ ਜੀ ਨੂੰ ਕਿਹਾ ਬੇਬੇ ਜੀ ਹੁਣ ਤੁਸੀਂ ਗਾਹਾਂ ਨਾ ਆਇਓ ਮੁਲਾਕਾਤ ਉਹਨਾਂ ਦੇ ਦਿਲ 'ਚ ਸੀਗਾ ਬੇਬੇ ਜੀ ਨੇ ਆ ਕੇ ਰੋਣ ਨਾ ਲਾ ਪਵੇ ਕਿਤੇ ਹੋਰ ਨਾ ਹੋਵੇ ਤੁਸੀਂ ਆਇਓ ਨਾ ਉਹ ਗਾਹਾਂ ਮੁਲਾਕਾਤ ਹੀ ਨਹੀਂ ਹੋਈ ਉਹਨੇ ਹੋਣ ਦੀ ਇੱਕ ਦਿਨ ਪਹਿਲਾਂ ਹੀ ਫਾਂਸੀ ਲਾ ਤੇ ਇੱਕ ਦਿਨ 24 ਤਰੀਕ ਨੂੰ ਲਾਉਣਾ ਸੀ ਤਾਂ ਸ਼ਾਮ ਨੂੰ 23 ਤਰੀਕ ਨੂੰ ਨਹੀਂ ਫਾਂਸੀ ਸ਼ਾਮ ਨੂੰ ਲਾ ਤੇ ਸ਼ਾਮ ਨੂੰ ਜਿਹੜਾ ਕਿ ਕੋਈ ਕਾਨੂੰਨ ਨਹੀਂ ਹੈ ਸ਼ਾਮ ਨੂੰ ਕੋਈ ਫਾਂਸੀ ਲਾ ਕਿਉਂਕਿ ਬੀਬੀ ਅਮਰ ਕੌਰ ਦੱਸਦੀ ਆ ਅਸੀਂ ਤਾਂ ਕਿਉਂਕਿ ਬਹੁਤ ਕਹਾਣੀਆਂ ਜਿੱਦਾਂ ਉਹ ਗਏ ਰਾਤ ਨੂੰ ਲੱਭਣ ਗਏ ਉੱਥੇ ਜਾ ਵੱਢ ਕੇ ਟੁਕੜੇ ਕਰਕੇ ਭਗਤ ਸਿੰਘ ਦੇ ਅੱਧ ਜਲੀਆਂ ਲਾਸ਼ਾਂ ਦਰਿਆ ਵਿੱਚ ਸੁੱਟ ਦਿੱਤੀਆਂ। ਅਮਰ ਕੌਰ ਕਹਿੰਦੀ ਭਗਤ ਸਿੰਘ ਨੇ ਸੁਆਹ ਚੜਾ ਲਿਆ ਤਾਂ ਅੱਛਾ ਜੀ ਜਿਨ੍ਹਾਂ ਨੇ ਵੱਡੇ ਟੁੱਕੇ ਨਾ ਉਹਨਾਂ ਨੇ ਬੀਬੀ ਅਮਰ ਕੌਰ ਨੂੰ ਦੱਸਿਆ ਵੀ ਜੀਂਦੇ ਸੀ ਜੀਂਦੇ ਉਸ ਬਾਕੀ ਦੋ ਤਾਂ ਮਰ ਗਏ ਸੀ ਰਾਜਗੁਰੂ ਸੁਖਦੇਵ ਭਗਤ ਸਿੰਘ ਜੀਂਦਾ ਸਾ ਜਦੋਂ ਸੁਆਸ ਉਹਨਾਂ ਨੇ ਉੱਪਰ ਚੜਾ ਲਿਆ ਤਾਂ ਜਦੋਂ ਉੱਥੇ ਗਏ ਨਾ ਦਾਗ ਦੇਣੇ ਸੀ ਉਦੋਂ ਭਗਤ ਸਿੰਘ ਹਿੱਲਣ ਲੱਗਾ ਹਿੱਲਿਆ ਇਹ ਬੀਬੀ ਅਮਰ ਕੌਰ ਦਾ ਕਹਿੰਦੀ ਉਹ ਜੀਂਦੇ ਸੀ ਫਿਰ ਉੱਥੋਂ ਵੱਢ ਟੁੱਕ ਕੀਤੀ ਇਹਨਾਂ ਨੇ ਵੱਢ ਟੁੱਕ ਕੇ ਪੈਟਰੋਲ ਸੁੱਟ ਕੇ ਅੱਗ ਲਾਈ ਫਿਰ ਕਹਿੰਦੀ ਜਦ ਅਸੀਂ ਗਏ ਸਾਰੀ ਰਾਤ ਹੀ ਟੋਲਦੇ ਰਹੇ ਕਿੱਧਰ ਨੂੰ ਲੈ ਗਿਆ ਕਿੱਧਰ ਨੂੰ ਲੈ ਗਿਆ ਕੰਧ ਪਾੜ ਕੇ ਮੋਹਲੇ ਪਾਸੇ ਤਾਂ ਨਿਕਲਣੇ ਦਿੱਤੀ ਜਨਤਾ ਬਹੁਤ ਸੀ ਮੋਹਰੇ ਪਿੱਛੋਂ ਜੇਲ੍ਹ ਦੀ ਕੰਧ ਪਾੜੀ ਉਹ ਗੱਡੀ 'ਚ ਪੰਡਾਂ ਬੰਨ ਕੇ ਪੰਡਾਂ ਬੰਨ ਕੇ ਉਹ ਲੈ ਗਏ ਜਦੋਂ ਉੱਥੇ ਦੂਏ ਦਿਨ ਦੇਖਿਆ ਹਾਲੇ ਗਰਮ ਰੇਤਾ ਉਹਦੇ ਖੂਨ ਬੀਬੀ ਅਮਰ ਕੌਰ ਨੇ ਰੇਤਾ ਵੀ ਰੱਖਿਆ ਹੋਇਆ ਸੀਗਾ ਖੂਨ ਭਿੱਜਿਆ ਆ ਹੱਡੀ ਸੀ ਇੱਕ ਬਾਹਾਂ ਦੀ ਹੱਡੀ ਵੀ ਰੱਖੀ ਸੀ ਪਤਾ ਨਹੀਂ ਤਿਹਾਂ ਚੁੱਕੇ ਦੀ ਸੀ ਤਾਂ ਵੱਢ ਟੁੱਕ ਕੇ ਉਹਨਾਂ ਨੂੰ ਪੈਟਰੋਲ ਸੁੱਟ ਕੇ ਅੱਗ ਲਾਈ ਪੈਟਰੋਲ ਹੁਸੈਨੀ ਵਾਲਾ ਦੇ ਵਿੱਚ ਹੁਸੈਨੀ ਵਾਲੇ ਉਹ ਹੁਸੈਨੀ ਵਾਲੇ ਫਿਰ ਆ ਕੇ ਇਹਨਾਂ ਨੂੰ ਪਤਾ ਲੱਗਾ ਚਾਰ ਸਪਹਿਰੇ ਲੋਕ ਲੱਭਣ ਚਲੇ ਗਏ ਨਾ ਕਿੱਧਰ ਲੈ ਗਏ ਕਿੱਧਰ ਲੈ ਗਏ ਫਿਰ ਬੀਬੀ ਅਮਰ ਕੌਰ ਦੱਸ ਦਿੰਦੀ ਫਿਰ ਕਹਿੰਦੀ ਉੱਥੋਂ ਸਾਨੂੰ ਉਹ ਹਾਲੇ ਰੇਤਾ ਤੱਤਾ ਹੀ ਸਾਰਾ ਖੂਨ ਨਾਲ ਭਿੱਜਿਆ ਸੀ ਉਹ ਵੀ ਇਕੱਠਾ ਕਰਕੇ ਇੱਕ ਅਖਬਾਰ ਵਿੱਚ ਅਖਬਾਰ ਵੀ ਖੂਨ ਨਾਲ ਭਿੱਜਿਓ ਸੀ ਇੱਥੇ ਖਟਕੜੀ ਪਈ ਰਹੀ ਆ ਸਾਰਾ ਕੁਝ ਉਹਨਾਂ ਦਾ ਸਮਾਨ ਅੱਜ ਵੀ ਰੇਤ ਨਾਲ ਜਿਹੜੀਆਂ ਉਹ ਵਾਢੀਆਂ ਬਹੁਤ ਸਾਰੀਆਂ ਚੀਜ਼ਾਂ ਅਖਬਾਰ ਉਹਨਾਂ ਜਿਹੜੀ ਅਖਬਾਰ ਪੜ੍ਹ ਦਿੰਦੇ ਸੋ ਸਾਰਾ ਕੁਝ ਜਿਹੜਾ ਅਜੇ ਵੀ ਯਾਦਾਂ ਜਿਹੜੀਆਂ ਹਾਂਜੀ ਉਹ ਰੇਤਾ ਵੀ ਚਿੱਟਾ ਹੋ ਗਿਆ ਖੂਨ ਨਾਲ ਜਿਹੜਾ ਪਹਿਲਾਂ ਉਹ ਗੱਲ ਨਹੀਂ ਪਹਿਲਾਂ ਵਾਲੀ ਨਹੀਂ ਰਹੀ ਨਹੀਂ ਉਹ ਰੱਖਿਆ ਸੀ ਪਹਿਲਾਂ ਹੁਣ ਤਾਂ ਅਜੀਤ ਸਿੰਘ ਦੀ ਪੈਂਟ ਰੱਖੀ ਹੋਈ ਸੀ ਪੂਰੀ ਪੈਂਟ ਉਹਨਾਂ ਦਾ ਅਜੀਤ ਸਿੰਘ ਦਾ ਇੱਕ ਘੜੀ ਵੀ ਇੱਥੇ ਰੱਖੀ ਹੋਈ ਸੀ ਹਾਂਜੀ ਜੇਬ ਘੜੀ ਸੀ ਜੇਬ ਘੜੀ ਸੀ ਇੱਕ ਸਭ ਸਭ ਜਿਵੇਂ ਸ਼ਹੀਦਾਂ ਦੀ ਪਰਿਵਾਰਾਂ ਦੀ ਗੱਲ ਆਪਾਂ ਚੱਲ ਰਹੀ ਆ ਸ਼ਹੀਦ ਭਗਤ ਸਿੰਘ 23 ਸਾਲ ਦੇ ਵਿੱਚ 23.5 ਸਾਲ ਦੇ ਮੈਂ 28 ਸਤੰਬਰ ਨੂੰ 1907 ਨੂੰ ਜਿਹੜਾ ਇੱਕ ਨੌਜਵਾਨ ਇਸ ਧਰਤੀ 'ਤੇ ਆਇਆ ਲੇਕਿਨ 23 ਮਾਰਚ 1907 ਨੂੰ ਦੇਸ਼ ਲਈ ਉਹ ਕਰ ਗਿਆ ਜਿਹੜਾ ਕਿ ਅੱਜ ਅਸੀਂ ਆਜ਼ਾਦੀ ਦੀ ਫਿਜ਼ਾ ਮਾਣ ਰਹੇ ਹਾਂ ਜੇ ਅੱਜ ਆਜ਼ਾਦ ਆ ਤਾਂ ਸਰਦਾਰ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਊਧਮ ਸਿੰਘ ਅਤੇ ਬਹੁਤ ਸਾਰੇ ਹੋਰ ਵੀ ਜਿਹੜੇ ਆ ਜਿਨ੍ਹਾਂ ਨੇ ਛੋਟੀ ਉਮਰ 'ਚ ਕਰਵਾਉਣੇ ਜਿਨ੍ਹਾਂ ਵਿੱਚ ਭਗਤ ਸਿੰਘ ਦਾ ਨਾਂ ਤਾਂ ਬਹੁਤ ਹੀ ਉਹਨਾਂ ਨੂੰ ਸ਼ਹੀਦ ਆਜ਼ਮ ਦਾ ਸਰਦਾਰ ਜਿਹੜਾ ਸਰਕਾਰਾਂ ਨੇ ਹਲੇ ਭਾਵਾਂ ਰੁਤਬੇ ਨਹੀਂ ਦਿੱਤੇ ਬਹੁਤ ਸਾਰੇ ਸ਼ਹੀਦਾਂ ਦੇ ਐਲਾਨ ਵੀ ਨਹੀਂ ਕੀਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਬਹੁਤ ਮੰਗ ਵੀ ਨੇ ਪਰ ਜਿਹੜੇ ਪਰਿਵਾਰ ਨੇ ਜਾਂ ਸ਼ਹੀਦ ਊਧਮ ਸਿੰਘ ਦੀ ਗੱਲ ਕਰੀਏ ਪਰ ਅੱਜ ਵੀ ਸਰਕਾਰ ਤੋਂ ਅਣਭੁੱਖੇ ਨੇ ਕਿਉਂਕਿ ਸਰਕਾਰਾਂ ਪੁੱਛਣ ਅੱਜ ਵੀ ਉਹਨਾਂ ਦੇ ਜਿਹੜੇ ਬੇਟੇ ਆ ਉਹ ਨੌਕਰੀਆਂ ਕਰ ਰਹੇ ਨੇ ਬਹੁਤ ਸਾਰੇ ਪਰਿਵਾਰਾਂ ਦੇ ਜੇ ਸ਼ਹੀਦਾਂ ਦੇ ਪਰਿਵਾਰ ਬਾਹਰ ਦੇਸ਼ ਛੱਡ ਕੇ ਚਲੇ ਗਏ ਇੱਥੇ ਕੁਝ ਇੱਥੇ ਜਿਹੜੇ ਉਹ ਮੰਦਹਾਲੀ 'ਚ ਨੇ ਕੀ ਲੱਗਦਾ ਵੀ ਸਰਕਾਰਾਂ ਨੇ ਮੁੱਲ ਨਹੀਂ ਪਾਇਆ ਸ਼ਹੀਦ ਭਗਤ ਸਿੰਘ ਵਰਗੇ ਜਿਹੜੇ ਹੋਰ ਯੋਧੇ ਕੁਰਬਾਨ ਹੋਏ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਪਰ ਸਰਕਾਰਾਂ ਵੱਲੋਂ ਅਣਗੋਲੇ ਨਹੀਂ ਕੀਤੇ ਗਏ ਦੇਖੋ ਜੀ ਇਹ ਗੱਲ ਤੁਹਾਡੀ ਸੱਚੀ ਆ ਅਣਗੋਲੇ ਇਸ ਕਰਕੇ ਹੋਏ ਆ ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਟੌਟ ਸੀਗੇ ਨਾ ਅੰਗਰੇਜ਼ਾਂ ਦੇ ਪਹਿਲਾਂ ਟੌਟ ਸੀ ਲੰਬੜ ਜੈਲਦਾਰ ਹੋਰ ਸਾਰੇ ਜੀ ਉਹੀ ਮੁੜ ਕੇ ਇੱਥੇ ਜਾਂ ਆਜ਼ਾਦੀ ਮਿਲ ਗਈ ਉਹੀ ਫਿਰ ਮੂਹਰੇ ਹੋ ਗਏ ਉਹੀ ਮੂਹਰੇ ਹੋ ਗਏ ਉਹੀ ਕਾਂਗਰਸ ਵਿੱਚ ਆ ਗਏ ਉਹੀ ਮੂਹਰੇ ਹੋ ਗਏ ਨਾ ਉਹਨਾਂ ਨੂੰ ਆਜ਼ਾਦ ਆਪਣੇ ਢਿੱਡ ਭਰਨੇ ਦੀ ਪੈ ਗਈ ਜ਼ਮੀਨਾਂ ਬਣਾਉਣ ਦੀ ਪੈ ਗਈ ਆਹ ਪੈ ਗਈ ਵੱਡੀਆਂ ਕਾਨੂੰਨ ਤਾਂ ਇੱਥੇ ਹੈ ਹੀ ਨਹੀਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਨਹੀਂ ਕਾਨੂੰਨ ਹੈ ਬਿਲਕੁਲ ਇਹ ਜਿਹੜੇ ਲੋਕ ਆ ਨਾ ਉਹ ਜਿਹੜੇ ਪਹਿਲਾਂ ਅੰਗਰੇਜ਼ਾਂ ਦੇ ਟੌਰ ਸੇ ਉਹੀ ਮੁੜ ਕੇ ਫੇਰ ਮੂਹਰੇ ਆ ਸਰਕਾਰਾਂ ਉਹਨਾਂ ਤੇ ਚੱਲ ਰਹੀਆਂ ਉਹਨਾਂ ਨੇ ਫੇਰ ਸਾਂਭ ਲਿਆ ਰਾਜ ਭਗਤ ਸਿੰਘ ਨੂੰ ਇਹੀ ਸੋਚ ਸੀ ਵੀ ਜਦੋਂ ਦੇਸ਼ ਆਜ਼ਾਦ ਹੋਣਾ ਵੀ ਕਿਹਦੇ ਹੱਥ ਆਊਗਾ
ਭਗਤ ਸਿੰਘ ਦੇ ਇੱਕ ਬੁੱਕ ਦੇ ਵਿੱਚ ਵੀ ਪੜਿਆ ਗਿਆ, ਉਹਨੇ ਕਿਹਾ ਸੀ ਮੈਂ ਗੋਰਿਆਂ ਤੋਂ ਆਜ਼ਾਦ ਹਾਂ ਤਾਂ ਮੈਂ ਆਪਣਾ ਦੇਸ਼ ਕਰਾ ਲੂੰਗਾ, ਪਰ ਮੇਰੇ ਦੇਸ਼ ਨੂੰ ਕਾਲਿਆਂ ਨੇ ਦੱਬ ਲੈਣਾ। ਅੱਜ ਉਹੀ ਗੱਲ ਹੋ ਗਈ ਹੈ ਕਿ ਅੱਜ ਉਹ ਗੋਰੇ ਤਾਂ ਚਲੇ ਗਏ, ਲੇਕਿਨ ਅਸੀਂ ਅੱਜ ਫਿਰ ਉਹਨਾਂ ਕਾਲਿਆਂ ਥੱਲੇ ਦਾ ਉਹਨਾਂ ਦੀ ਸੋਚ ਉਹਨਾਂ ਦੀ ਗੁਲਾਮੀ ਤੋਂ ਬਾਅਦ ਗੁਲਾਮੀ ਅਸੀਂ ਕਰ ਰਹੇ ਹਾਂ। ਉਹਨਾਂ ਜਿਹੜੇ ਉਹਨਾਂ ਦੀ ਸੋਚ ਸੀ ਨਾ ਜੀ, ਉਹ ਹੁਣ ਤੁਹਾਨੂੰ ਪਤਾ ਲੱਗਦਾ ਵੀ ਕਿੰਨੇ ਜਿਹੜੇ ਰਾਜ ਕਰਦੇ ਬੰਦੇ ਆ ਨਾ ਜੀ, ਉਹਨਾਂ ਨੇ ਕਿੱਡੇ ਕਿੱਡੇ ਢੱਡ ਭਰ ਲਏ, ਬਿਲਡਿੰਗਾਂ ਬਣਾ ਲਈਆਂ, ਗੌਰਮੈਂਟਾਂ ਖੇਤਾਂ ਦੇ ਮਾਲਕ ਜ਼ਮੀਨਾਂ ਜਮੂਨਾਂ ਜੋ ਬਣਾ ਲਿਆ, ਬਿਲਕੁਲ ਬਿਲਕੁਲ। ਤਾਂ ਉਹ ਜਿਹੜੇ ਗਰੀਬ ਜਨਤਾ ਸੀ ਉਹ ਤਾਂ ਉੱਥੇ ਦੇ ਉੱਥੇ ਹੀ ਆ, ਉੱਥੇ ਹੀ ਆ ਜਿਨ੍ਹਾਂ ਨੇ ਸੰਘਰਸ਼ ਕੀਤਾ, ਉਹ ਅੱਜ ਉੱਥੇ ਗਦਰੀ ਬਾਬੇ ਹੋਏ ਆ। ਹਾਂਜੀ ਹਾਂਜੀ, ਬਹੁਤ ਗਦਰੀ ਬਾਬੇ ਕੈਨੇਡਾ ਤੋਂ ਆਏ ਆ ਜੀ ਜੀ, ਆ ਕੇ ਤਾਂ ਉਹਨਾਂ ਨੇ ਇੱਥੇ ਲੰਬੜ ਜੈਲਦਾਰ ਮਾਰਨੇ ਸ਼ੁਰੂ ਕਰ ਦਿੱਤੇ ਜੀ। ਸਾਡੇ ਪਿੰਡ ਜੈਲਦਾਰ ਸੀਗਾ, ਮੇਰਾ ਫਾਦਰ ਦੱਸਦਾ ਕਹਿੰਦਾ ਉਹ ਆਏ ਉਹਨੂੰ ਮਾਰਨੇ ਲਈ, ਕੁਦਰਤ ਕਿਸੇ ਨੇ ਦੱਸਤਾ ਵੀ ਘੋੜਿਆਂ 'ਤੇ ਆਉਂਦੇ ਆ ਗਦਰੀ ਬਾਬੇ ਜੈਲਦਾਰ ਨੂੰ, ਜੈਲਦਾਰ ਪਿੰਡ ਜਾਵੜਿਆ ਲੁੱਕ ਗਿਆ ਲੁੱਕ ਗਿਆ। ਜਾਣੀ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਜਿਹੜੇ ਲੰਬੜ ਜੈਲਦਾਰ ਸੀ ਨਾ, ਇਹ ਗਦਰੀ ਬਾਬਿਆਂ ਨੇ ਉਹ ਮਾਰਨੇ ਸ਼ੁਰੂ ਕੀਤੇ, ਉਹ ਮਾਰਨੇ ਸ਼ੁਰੂ ਕੀਤੇ ਤਾਂ ਉਹ ਫਿਰ ਗੌਰਮੈਂਟ ਜਿਹੜੀ ਆ ਉਹਨਾਂ ਨੂੰ ਮਾਰਨ ਲੱਗ ਪਈ ਗਦਰੀ ਬਾਬਿਆਂ ਨੂੰ। ਬਹੁਤ ਸਾਰੇ ਸ਼ਹੀਦ ਕੀਤੇ ਉਹਨਾਂ ਵੱਲੋਂ, ਹਾਂ ਬਹੁਤ ਸਾਰੇ ਗਦਰੀ ਬਾਬੇ ਸ਼ਹੀਦ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਨੂੰ ਕੁਰਬਾਨੀ ਦਿੱਤੀ ਗਈ, ਉਹਦੀ ਫਾਂਸੀ ਦਿੱਤੀ ਗਈ, ਦੇਸ਼ ਲਈ ਆਜ਼ਾਦ ਹੋਇਆ ਨੌਜਵਾਨ। 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ, ਲੱਗਦਾ ਬਈ ਉਹ ਆਜ਼ਾਦੀ ਦਾ ਅਸੀਂ ਨਿੱਘ ਮਾਣ ਰਹੇ ਹਾਂ। ਅਤੇ ਅੱਜ ਸ਼ਹੀਦ ਭਗਤ ਸਿੰਘ ਦਾ ਇੱਕ ਉਸ ਵੇਲੇ ਸੁਪਨਾ ਸੀ ਕਿ ਮੈਂ ਗੋਰਿਆਂ ਨੂੰ ਬਾਹਰ ਕੱਢਣਾ, ਗੋਰੇ ਦੇਸ਼ 'ਚੋਂ ਬਾਹਰ ਕੱਢਣੇ, ਪਰ ਅੱਜ ਅਸੀਂ ਕਰ ਰਹੇ ਹਾਂ, ਅਸੀਂ 25-25-30-30 ਲੱਖ ਕੇ ਬਾਹਰ ਵਿਦੇਸ਼ਾਂ ਨੂੰ ਫਿਰ ਗੋਰਿਆਂ ਦੀ ਜਾਂ ਗੁਲਾਮੀ ਕਰ ਰਹੇ ਹਾਂ। ਅੱਜ ਲੱਗਦਾ ਨਹੀਂ ਵੀ ਸ਼ਹੀਦ ਭਗਤ ਸਿੰਘ ਦੀ ਜਿਹੜੀ ਸ਼ਹਾਦਤ ਹੈ ਉਹ ਅੱਜ ਫਿਰ ਲੋਕਾਂ ਦੇ ਵਿੱਚੋਂ ਮਨਾਂ 'ਚ ਵਿਸਰ ਰਹੀ ਹੈ। ਅੱਜ ਲੋਕ ਯਾਦ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਜੀ, ਜਿਨ੍ਹਾਂ ਨੇ ਆਜ਼ਾਦੀ ਲਈ ਜੀ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ ਜੀ ਜੀ, ਜਾਂ ਯੋਧਿਆਂ ਨੇ ਭਗਤ ਸਿੰਘ ਦਾ, ਰਾਜਗੁਰੂ, ਸੁਖਦੇਵ, ਸਰਾਭਾ, ਸਾਰੇ ਜਿਹੜੇ ਇਹ ਹੋਏ ਆ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਤਾਂ ਪਰਿਵਾਰ ਹੁਣ ਉਸੇ ਤਰ੍ਹਾਂ ਪਰਿਵਾਰ ਵਾ। ਬਿਲਕੁਲ ਬਿਲਕੁਲ, ਸਰਦਾਰ ਰਜਿੰਦਰ ਸਿੰਘ ਦਾ ਪਰਿਵਾਰ ਬਾਜਪੁਰ ਦੇ ਵਿੱਚ ਬਿਲਕੁਲ, ਕੋਈ ਉਹਨਾਂ ਕੋਲ ਅਮੀਰੀ ਨਹੀਂ ਹੈ, ਕੋਈ ਕੋਈ ਸਾਦਾ ਪਰਿਵਾਰ ਬਤੀਤ ਕਰਦੇ ਆ। ਊਧਮ ਸਿੰਘ ਦਾ, ਸਰਦਾਰ ਊਧਮ ਸਿੰਘ ਉਹਨਾਂ ਦੇ ਬੇਟੇ ਆ, ਉਹ ਵੀ ਇੱਦਾਂ ਹੀ ਆ, ਪਰ ਇੱਟਾਂ ਢੋ ਕੇ ਕੰਮ ਕਰ ਰਹੇ, ਰੁਜ਼ਗਾਰ ਆਪਣੀ ਮਿਹਨਤ ਆਪ ਕਰ ਰਹੇ। ਜਿਹੜਾ ਛੋਟਾ ਰਣਵੀਰ ਸਿੰਘ ਵਾ ਨਾ, ਇਹਦਾ ਮੁੰਡਾ ਲੈਫਟੀਨੈਂਟ ਜਨਰਲ ਪੈਨਸ਼ਨ ਆਇਆ ਸ਼ਨਾਨ ਸਿੰਘ, ਰਣਵੀਰ ਸਿੰਘ ਦਾ ਜੀ। ਰਣਵੀਰ ਸਿੰਘ ਨੇ ਪੰਜਾਬੀ ਸੂਬੇ ਦੇ ਵਿੱਚ ਜੇਲ੍ਹ ਜੇਲ੍ਹ ਗਿਆ, ਅੰਦਰ ਫੋਟੋ ਲੱਗੀ ਉਹ ਮੇਰੇ ਰਣਵੀਰ ਸਿੰਘ ਦੀ, ਉਦੋਂ ਮਾਸਟਰ ਤਾਰਾ ਸਿੰਘ ਦੇ ਨਾਲ ਰਲ ਕੇ ਪੰਜਾਬੀ ਸੂਬੇ ਜੇਲ੍ਹ ਵੀ ਰਿਹਾ ਸਰਦਾਰ ਰਣਵੀਰ ਸਿੰਘ, ਭਗਤ ਸਿੰਘ ਦਾ ਛੋਟੇ ਤੋਂ ਬੜਾ ਭਰਾ। ਅੱਛਾ ਅਸਮ ਸਾਹਿਬ, ਜਿਵੇਂ ਆਪਾਂ ਜਿਹੜਾ ਸਰਦਾਰ ਕੁਲਤਾਰ ਸਿੰਘ ਦਾ ਕੁਲਵੀਰ ਸਿੰਘ ਸੀਗੇ ਨਾ, ਆਜ਼ਾਦੀ ਤੋਂ ਬਾਅਦ ਇਹਨਾਂ ਨੂੰ, ਇੱਕ ਨੂੰ 7 ਸਾਲ ਕੈਦ ਹੋਈ, ਇੱਕ ਨੂੰ 10 ਸਾਲ ਕੈਦ ਹੋਈ ਜੀ। ਲਾਹੌਰ ਮੀਟਿੰਗ ਸੀ ਗੋਰਿਆਂ ਦੀ ਜੀ, ਇਹਨਾਂ ਨੇ ਕੁਲਵੀਰ ਸਿੰਘ, ਕੁਲਤਾਰ ਸਿੰਘ ਨੇ ਦੋਹਾਂ ਨੇ ਰਲ ਕੇ ਨਾ, ਜਿਹੜੀ ਮੇਨ ਲਾਈਨ ਬਿਜਲੀ ਦੀ ਸੀ ਉਹ ਤਾਂ ਸੰਗਲ ਸਿੱਟ ਦਿੱਤਾ, ਸੰਗਲ ਸਿੱਟ ਦਾ ਬਿਜਲੀ ਬੰਦ ਹੋ ਗਈ ਉਹਨਾਂ ਦੀ ਮੀਟ ਪੈੜੀਏ ਆ ਗਏ ਜੀ। ਉਹ ਉਹਨਾਂ ਦੇ ਨਾਲ ਪੈਡ ਲੱਭ ਦਿੰਦੇ ਹੁੰਦੇ, ਪੈਡ ਦੇ ਨਾਲ ਕਿੱਧਰ ਨੂੰ ਗਈ ਆ ਉਹ, ਇਹਨਾਂ ਦੇ ਘਰ ਚਲੇ ਗਈ ਜੀ। ਜਿਹੜੀ ਕੁਲਵੀਰ ਸਿੰਘ ਦੀ ਚੱਪਲ ਸੀ ਨਾ, ਉਹਦੇ ਵਿੱਚ ਇੰਨੀ ਕੁ ਗੱਟੀ ਜਿਹੀ ਸੀ, ਉਹ ਜਿੱਦਾਂ ਜਿੱਦਾਂ ਪੈੜੀਏ ਨੇ ਲੱਭਦਾ ਇਹਨਾਂ ਦੇ ਘਰ ਆ ਗਿਆ, ਉਹ ਕੁਲਵੀਰ ਸਿੰਘ ਨੂੰ ਫੜ ਲਿਆ, ਕੁਲਤਾਰ ਸਿੰਘ ਨੂੰ ਫੜ ਲਿਆ ਜੀ ਜੀ। ਕੁਲਤਾਰ ਸਿੰਘ ਨੂੰ 10 ਸਾਲ ਕੈਦ ਹੋਈ, ਕੁਲਵੀਰ ਸਿੰਘ ਨੂੰ 7 ਸਾਲ ਕੈਦ ਹੋਈ। ਜਦੋਂ ਆਜ਼ਾਦੀ ਮਿਲੀ ਹੈ ਤਾਂ ਇੱਕ ਇੱਕ ਮਰਬਾ ਉਹਨਾਂ ਦਾ ਕੈਦ ਕੱਟੀ ਦਾ ਉਹਨਾਂ ਦੋਨਾਂ ਨੂੰ ਮਿਲਿਆ, ਛੋਟਿਆਂ ਨੂੰ ਕੁਛ ਨਹੀਂ, ਛੋਟਿਆਂ ਨੂੰ ਕੁਛ ਨਹੀਂ, ਉਹ ਉਹਨਾਂ ਦੋਹਾਂ ਨੂੰ ਇੱਕ ਇੱਕ ਮਰਬਾ ਮਿਲਿਆ, ਉਹ ਵੀ ਉਹਨਾਂ ਨੇ ਕੈਦ ਕੱਟੀ, ਕਿਉਂਕਿ 9ਵੀਂ 10ਵੀਂ ਪੜ੍ਹਦੇ ਸੀਗੇ, ਉਹਨਾਂ ਦੀ ਲਾਈਫ ਖਰਾਬ ਕਰ ਦਿੱਤੀ ਜੇਲ੍ਹ 'ਚ ਦੇ ਕੇ ਨਾ, ਉਹਨਾਂ ਦੀ ਲਾਈਫ ਖਰਾਬ ਹੋ ਗਈ। ਬਿਲਕੁਲ ਬਿਲਕੁਲ, ਤਾਂ ਇੱਦਾਂ ਕਰਕੇ ਉਹਨਾਂ ਦੋਨੋਂ ਸਰ ਇੱਕ ਹੋਰ ਮੈਂ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਸਾਰੀ ਦੱਸੀ ਹੈ ਕਿ ਸ਼ਹੀਦ ਭਗਤ ਸਿੰਘ ਨੇ ਜਿੱਦਾਂ ਉਹਨਾਂ ਦੇ ਚਾਚਿਆਂ ਨੇ, ਉਹਨਾਂ ਦੇ ਭਰਾਵਾਂ ਨੇ ਕੁਰਬਾਨੀ ਦਿੱਤੀ, 23 ਸਾਲ ਦੀ ਉਮਰ, 23.5 ਸਾਲ ਦੀ ਉਮਰ ਦੇ ਵਿੱਚ, ਮੈਂ ਪਹਿਲਾਂ ਦੱਸਿਆ 28 ਸਤੰਬਰ 1907 ਨੂੰ ਜਨਮ ਲੈਣ ਵਾਲਾ ਜਿਹੜਾ ਨੌਜਵਾਨ ਹੈ ਉਹ 23 ਮਾਰਚ 1931 ਨੂੰ ਫਾਂਸੀ ਦੇ ਰਸਤੇ 'ਤੇ ਚੜ੍ਹ ਕੇ, ਹਾਂਜੀ, ਛੋਟੀ ਉਮਰ ਦੇ ਵਿੱਚ ਉਹਨੂੰ ਇੱਕ ਜਜ਼ਬਾ ਸੀ ਕਿ ਮੈਂ ਦੇਸ਼ ਨੂੰ ਕੁਰਬਾਨ, ਦੇਸ਼ ਨੂੰ ਆਜ਼ਾਦ ਕਰਵਾਉਣਾ, ਆਜ਼ਾਦ ਕਰਵਾ ਲਿਆ। ਹਾਂਜੀ, ਸਭ ਤੋਂ ਖੁਸ਼ੀ ਉਸ ਵੇਲੇ ਉਹਦੇ ਚਾਚਾ ਜੀ ਜਿਹੜੇ ਸੀਗੇ, ਉਹਦੇ ਫਾਦਰ ਵੀ ਉਸ ਵੇਲੇ ਸੀਗੇ,
ਤੇ ਇੱਕ ਖੁਸ਼ੀ ਦੇ ਪਲ ਜਿਹੜੇ ਮਤਲਬ ਚਾਚਾ ਜੀ ਨੂੰ ਮਿਲੇ ਤਾਂ ਉਹਨਾਂ ਤੇ ਕੀ ਇੱਕਦਮ ਜਿਹੜੀ ਉਹ ਕਹਿੰਦੇ ਉਹਨਾਂ ਨੂੰ ਸਦਮਾ ਲੱਗਾ ਕੀ ਕਹਾਣੀ ਕੀ ਹੋਈ ਸੀ ਉਸ ਵੇਲੇ ਵੀ ਸੁਣਨ ਵਿੱਚ ਆਇਆ ਅਜੀਤ ਸਿੰਘ ਨੂੰ ਲੱਗਾ ਸਦਮਾ ਲੱਗਾ ਕੁਝ ਅਜੀਤ ਸਿੰਘ ਨੂੰ ਉਹ ਤਾਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸਾਡਾ ਉਹ ਜਦੋਂ ਨਾ ਸਰਦਾਰ ਅਜੀਤ ਸਿੰਘ ਨੂੰ ਦੇਸ਼ 'ਚ ਇਹਨੇ ਸੱਦਿਆ ਜਵਾਹਰ ਲਾਲ ਨਹਿਰੂ ਨੇ ਕਿਹਾ ਵੀ ਅਸੀਂ ਅਜੀਤ ਸਿੰਘ ਨੂੰ ਦੇਸ਼ 'ਚ ਸੱਦਣਾ ਚਾਹੁੰਦੇ ਹਾਂ ਉਹ ਮਾਰਚ ਵਿੱਚ 1947 'ਚ ਇੱਧਰ ਸੱਦ ਲਏ ਸੱਦਣ ਤੋਂ ਬਾਅਦ ਉਹਨਾਂ ਨੇ ਰਾਸ਼ਟਰਪਤੀ ਬਣਾਉਣਾ ਤਾਂ ਅਜੀਤ ਸਿੰਘ ਨੂੰ ਅੱਛਾ ਜੀ ਲੇਕਿਨ ਆ ਕੇ ਉਹਨਾਂ ਨੇ ਕਿਹਾ ਵੀ ਮੈਂ ਬਿਮਾਰ ਹਾਂ ਮੈਂ ਬੁੱਢਾ ਹੋ ਗਿਆ ਮੇਰੇ 'ਤੇ ਦੇਸ਼ ਦਾ ਭਾਰ ਨਹੀਂ ਸਾਂਭਣਾ ਮੈਂ ਬਿਮਾਰ ਹਾਂ ਉਹ ਡਲਹੌਜੀ ਚਲੇ ਗਿਆ ਠੰਡੀ ਜਗ੍ਹਾ 'ਤੇ ਬਿਮਾਰ ਸੀ ਬੀਬੀ ਅਮਰ ਕੌਰ ਵੀ ਉੱਥੇ ਚਾਚੀ ਕਿੰਨੀ ਸਾਲ ਦੇ ਸੀ ਉਸ ਵੇਲੇ ਅੰਦਾਜ਼ਾ ਜੀ ਹਾਂਜੀ ਸਰਦਾਰ ਅਜੀਤ ਸਿੰਘ ਦੀ ਉਮਰ ਉਸ ਵੇਲੇ ਕਿੰਨੀ ਸੀਗੀ ਬੁੱਢੇ ਹੋ ਗਏ ਸੀ ਉਹ ਤਾਂ 80-85 ਤੱਕ ਸੀਗੇ ਨਹੀਂ ਉਹ ਦੇਖ ਲਓ ਵੀ 1 ਫਰਵਰੀ 1881 ਦੇ ਵਿੱਚ ਪੈਦਾ ਹੋਏ ਆ ਜੀ ਜੀ ਤਾਂ 1947 'ਚ ਪੂਰੇ ਹੋ ਗਏ ਬਣਾ ਲਓ ਕਿੰਨੇ ਬਣਦੇ ਆ 60-65 ਸਾਲ ਦੇ ਉੱਪਰ ਹਾਂਜੀ ਇੰਨੇ ਕੇ ਸੀ 47 ਦੇ 70 ਸਾਲ ਦੇ ਲਾਗੇ ਲਾ 66 ਸਾਲ ਦੇ ਸੀ ਤਾਂ ਉਹ ਫਿਰ ਜਦੋਂ ਡਲਹੌਜੀ ਲੈ ਗਏ ਠੰਡੀ ਜਗ੍ਹਾ 'ਤੇ ਸਾਰਾ ਪਰਿਵਾਰ ਉੱਥੇ ਸਾ ਬੀਬੀ ਅਮਰ ਕੌਰ ਬੇਬੇ ਜੀ ਸਾਰੇ ਉੱਥੇ ਉਹਨਾਂ ਦੇ ਕੋਲ ਹੀ ਸੀਗੇ ਜੀ ਤਾਂ ਦੇਸ਼ ਆਜ਼ਾਦ ਹੋਣਾ ਸੀਗਾ 15 ਅਗਸਤ 1947 ਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਦੇਸ਼ ਆਜ਼ਾਦ ਹੋਣ ਲੱਗਾ ਜੀ ਜੀ ਦੇਸ਼ ਆਜ਼ਾਦ ਹੋਣ ਲੱਗਾ ਤਾਂ ਉਹਨਾਂ ਨੇ ਨਾ ਉਹਨਾਂ ਨੇ ਕਿਹਾ ਵਕੀਲ ਮੰਗਾਓ ਵਕੀਲ ਲਿਆਓ ਮੈਂ ਬਿਆਨ ਦੇਣੇ ਆ ਲੇਕਿਨ ਅੱਧੀ ਰਾਤ ਸੀ ਵਕੀਲ ਨਹੀਂ ਲਿਆਂਦਾ ਲਿਆਂਦਾ ਨਹੀਂ ਉਹਨੀ ਕਵੇ ਅੱਧੀ ਰਾਤ ਨੂੰ ਕਿਹਨੂੰ ਲਿਆਈਏ ਹੁਣ ਜੀ ਜੀ ਉਹ ਜਦੋਂ ਨਾ ਆਜ਼ਾਦੀ ਮਿਲੀ ਉਹਨਾਂ ਨੇ ਇੰਨੀ ਖੁਸ਼ੀ ਮਨਾਈ ਖੁਸ਼ੀ ਮਨਾਈ ਉਹਨਾਂ ਨੂੰ ਅਟੈਕ ਹੋ ਗਿਆ ਉਸੇ ਦਿਨ 15 ਅਗਸਤ ਵਾਲੇ 15 ਅਗਸਤ 1947 ਰਾਤ ਨੂੰ ਅਟੈਕ ਹੋਇਆ ਉਹਨਾਂ ਦੇ ਘਰ ਵਾਲੀ ਚਾਚੀ ਹਰਨਾਮ ਕੌਰ ਉਹਨਾਂ ਦੇ ਕੋਲ ਮੋਹਰੇ ਖੜੀ ਸੀ ਉਹਨਾਂ ਨੇ ਹੱਥ ਜੋੜੇ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਤੈਂ ਜੱਤ ਸੱਤ ਰੱਖਿਆ ਮੈਂ ਤੇਰੇ ਤੈਨੂੰ ਪ੍ਰਣਾਮ ਕਰਦਾ ਉਹਨਾਂ ਦੇ ਇਹਦਾ ਹੱਥ ਜੋੜ ਕੇ ਉਹਨਾਂ ਦੇ ਪੈਰਾਂ 'ਚ ਦੇ ਪਏ ਉਹ ਕਹਿੰਦਾ ਸ਼ੁਕਰ ਹੈ ਮੈਂ ਆਜ਼ਾਦ ਦੇਸ਼ ਵਿੱਚ ਮੈਂ ਗੁਲਾਮ ਨਹੀਂ ਸੀ ਮੇਰੀ ਸੋਚ ਮੈਂ ਇਹਨਾਂ ਨੇ ਲੜਾਈ ਕਰਤੀ ਹੈ ਇਸ ਆਜ਼ਾਦ ਦੇਸ਼ ਨੂੰ ਲਿਆ ਕਰਾਉਣ ਦੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਚਾਚੀ ਨੂੰ ਦੱਸਦੇ ਹੁੰਦੇ ਅਸੀਂ ਤਾਂ ਗੱਲਾਂ ਸੁਣਦੇ ਰਹਿੰਦੇ ਸੀ ਨਾ ਕੋਲ ਬੈਠੇ ਰਹਿਣਾ ਸੁਣੀ ਜਾਣੀਆਂ ਗੱਲਾਂ ਬੇਬੇ ਜੀ ਨੇ ਵੀ ਦੱਸੀ ਜਾਣੀ ਸਰ ਕਿਉਂਕਿ ਉਹ ਫਿਰ ਜਦੋਂ ਉਹ ਖੁਸ਼ੀ ਨਾਲ ਅਟੈਕ ਹੋ ਗਿਆ ਉਹ ਐਦਾਂ ਹੱਥ ਜੋੜ ਕੇ ਆਪਣੇ ਘਰ ਵਾਲੀ ਦੇ ਪੈਰਾਂ 'ਤੇ ਡਿੱਪ ਹੈ ਮੋਹਰੇ ਕਹਿੰਦੇ ਤੈਂ ਬਹੁਤ ਜੱਤ ਸੱਤ ਰੱਖਿਆ ਅਤੇ ਤੇਰਾ ਮੈਂ ਬਹੁਤ ਸਨਮਾਨ ਕਰਦਾ ਅਜੀਤ ਸਿੰਘ ਦੀ ਆਹ ਮੌਤ ਹੋਈ ਆ ਸੋ ਇਸ ਸਾਡੇ ਨਾਲ ਪਿੰਡ ਖਟਕੜ ਕਲਾਂ ਤੋਂ ਸਰਦਾਰ ਬਲਵੀਰ ਸਿੰਘ ਸੰਧੂ ਸਾਹਿਬ ਜਿਨ੍ਹਾਂ ਦੀ ਫੈਮਿਲੀ ਦੇ ਨਾਲ ਸਰਦਾਰ ਭਗਤ ਸਿੰਘ ਜੀ ਦਾ ਪਰਿਵਾਰ ਦੇ ਨਾਲ ਬੜਾ ਗੂੜਾ ਰਿਸ਼ਤਾ ਰਿਹਾ ਬੜੀ ਨੇੜਤਾ ਰਹੀ ਆ ਸਰਦਾਰ ਕਿਸ਼ਨ ਸਿੰਘ ਜੀ ਨਾਲ ਸਰਦਾਰ ਅਜੀਤ ਸਿੰਘ ਜੀ ਨਾਲ ਇੱਥੋਂ ਤੱਕ ਕਿ ਇਹਨਾਂ ਦੇ ਜਿਹੜੇ ਸਰਦਾਰ ਬਲਵੀਰ ਸਿੰਘ ਦੇ ਪੁਰਖੇ ਸੀ ਉਹਨਾਂ ਦੇ ਵੀ ਜਿਹੜੇ ਸਰਦਾਰ ਅਰਜਨ ਸਿੰਘ ਜਾਂ ਫਿਰ ਫਤਿਹ ਸਿੰਘ ਉਹਨਾਂ ਦੇ ਨਾਲ ਵੀ ਬੜੀ ਨੇੜਤਾ ਰਹੀ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਸਰਦਾਰ ਭਗਤ ਸਿੰਘ ਜੀ ਦਾ ਜਿਹੜਾ ਜੀਵਨ ਹੈ ਕਿਵੇਂ ਬਚਪਨ ਹੈ ਅਤੇ ਛੋਟੀ ਉਮਰ ਦੇ ਵਿੱਚ ਆਜ਼ਾਦੀ ਦੀ ਮੂਵਮੈਂਟ ਵਿੱਚ ਕੁੱਦ ਪਏ ਚਾਚਾ ਅਜੀਤ ਸਿੰਘ ਤੋਂ ਪ੍ਰਭਾਵਿਤ ਹੋਏ ਅਤੇ ਦੇਸ਼ ਦੇ ਲਈ 23-23 ਸਾਲ ਦੀ ਉਮਰ ਵਿੱਚ ਕੁਰਬਾਨ ਹੋਏ ਅਤੇ ਦੇਸ਼ ਦੇ ਲਈ ਅੱਜ ਜਿਹੜਾ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਅੱਜ ਅਸੀਂ ਫਿਜ਼ਾਵਾਂ ਵਿੱਚ ਖੁੱਲ੍ਹੀ ਫਿਜ਼ਾਵਾਂ ਵਿੱਚ ਆਨੰਦ ਮਾਣਦੇ ਹਾਂ ਆਜ਼ਾਦੀ ਦੀ ਅਸੀਂ ਮਹਿਕ ਨੂੰ ਜਿਹੜਾ ਆਪਾਂ ਸਹਿਕ ਲੈ ਰਹੇ ਹਾਂ ਪਰ ਸਰਕਾਰਾਂ ਵੱਲੋਂ ਜਿਹੜੇ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰੇ ਸਨਮਾਨ ਦਿੱਤੇ ਅੱਜ ਵੀ ਬਹੁਤ ਸਾਰੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਆ ਉਹ ਬੇਰੁਜ਼ਗਾਰ ਨੇ ਬੇਰੁਖੀ ਦੇ ਸ਼ਿਕਾਰ ਨੇ ਬਹੁਤ ਸਾਰੇ ਲੋਕ ਪਰਿਵਾਰਾਂ ਨੂੰ ਜਿਹੜਾ ਸਰਕਾਰਾਂ ਨੇ ਅਜੇ ਤੱਕ ਉਹ ਮਾਣ ਸਨਮਾਨ ਨਹੀਂ ਦਿੱਤੇ ਸੋ ਸਾਡੀ ਕੋਸ਼ਿਸ਼ ਹੈ ਕਿ ਸ਼ਹੀਦ ਸਰਦਾਰ ਭਗਤ ਸਿੰਘ ਦੀ ਜੋ ਛੋਟੀ ਜਿਹੀ 23.5 ਸਾਲ ਦੀ ਉਮਰ ਦੀ ਜੋ ਜੀਵਨੀ ਸੀ ਜੋ ਉਹਨਾਂ ਦੀ ਕਹਾਣੀ ਸੀ ਜਿਵੇਂ ਉਹਨਾਂ ਨੇ ਸੰਘਰਸ਼ ਕੀਤਾ ਇਸ ਪਿੰਡ ਦੇ ਵਿੱਚ ਸਰਦਾਰ ਕਿਸ਼ਨ ਸਿੰਘ ਉਹਨਾਂ ਦਾ ਜਿਹੜਾ ਸੰਸਕਾਰ ਮੌਤ ਹੋਈ ਸੀ ਉਹ ਵੀ ਇਸ ਪਿੰਡ ਵਿੱਚ ਹੋਏ ਸੀਗੇ ਸੋ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਪਰ ਉਸੇ ਦਿਨ ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੂੰ ਖੁਸ਼ੀ ਵਿੱਚ ਜਿਹੜਾ ਸੀ ਇੱਕਦਮ ਅਟੈਕ ਹੋਇਆ ਅਤੇ ਉਹ ਜਿਹੜੀ ਉੱਥੇ ਉਹਨਾਂ ਦੀ ਮੌਤ ਹੋਈ ਸੋ ਬਹੁਤ ਵੱਡੀ ਦੇਣ ਜਿਹੜੀ ਆ ਇਸ ਨੌਜਵਾਨ ਦੀ ਛੋਟੇ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਵਾਲਾ ਸ਼ਹੀਦ ਭਗਤ ਸਿੰਘ ਹਮੇਸ਼ਾ ਦਿਲਾਂ 'ਤੇ ਨੌਜਵਾਨ ਯੂਥ ਨਹੀਂ ਬਲਕਿ ਹਰ ਇੱਕ ਦਿਲਾਂ 'ਤੇ ਜਿਹੜਾ ਆ ਅੱਜ ਇੱਕ ਆਈਡੀਅਲ ਬਣਿਆ ਹੋਇਆ ਹਰ ਜਿਹੜਾ ਯੂਥ ਹੈ ਚਾਹੁੰਦਾ ਹੈ ਕਿ ਮੈਂ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਾਂ ਸੋ ਲੋੜ ਹੈ ਉਸ ਦੀ ਜਿਹੜੀ ਕੁਰਬਾਨੀ ਨੂੰ ਹੋਰ ਅੱਗੇ ਵਧਾਉਣ ਦੀ ਕਿਉਂਕਿ ਉਸ ਕੁਰਬਾਨੀ ਦਾ ਜਿਹੜਾ ਮੁੱਲ ਹੈ ਉਹ ਅਸੀਂ ਨਹੀਂ ਪਾ ਸਕਦੇ ਪਰ ਉਹਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਉਹਦੇ ਸੁਪਨਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ